ਪ੍ਰੈਸ਼ਰਸ ਤਾਂ ਜੇ ਤੁਸੀਂ ਸਿਆਸਤ ਵਿੱਚ ਆਉਂਦੇ ਹੋ ਉੱਥੇ ਵੱਡੇ ਪ੍ਰੈਸ਼ਰ ਹੋਣਗੇ, ਇੱਥੇ ਤੁਹਾਡੇ ਸ਼ਾਇਦ ਕੋਈ ਸੀਨੀਅਰ ਅਫਸਰ ਜਾਂ ਮੰਤਰੀ ਪ੍ਰੈਸ਼ਰ ਪਾਉਂਦਾ ਹੋਊ। ਸਿਆਸਤ ਦੇ ਵਿੱਚ ਤਾਂ ਮੰਨ ਲਓ ਤੁਸੀਂ ਕਿਸੇ ਨੈਸ਼ਨਲ ਪਾਰਟੀ 'ਚ ਜਾਂਦੇ ਹੋ, ਮੰਨ ਲਓ ਤਾਂ ਉੱਥੋਂ ਤਾਂ ਦਿੱਲੀ ਤੋਂ ਵੀ ਪ੍ਰੈਸ਼ਰ ਆਊਗਾ, ਉਦੋਂ ਵੀ ਪ੍ਰੈਸ਼ਰ ਤਾਂ ਰਹਿਣਗੇ, ਤਾਂ ਆਜ਼ਾਦੀ ਓਨੀ ਤਾਂ ਨਹੀਂ ਹੁੰਦੀ। ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ। ਗਰੀਬੜਿਆਂ ਨੂੰ ਵੱਲ ਲਿਆ, ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਭਈਆ ਜਾਂ ਪ੍ਰਵਾਸੀ ਸ਼ਬਦ ਵਰਤ ਕੇ ਫਿਰ ਹੋਰ ਲੋਕ ਸੋਸ਼ਲ ਮੀਡੀਆ ਤੇ ਨਿਸ਼ਾਨਾ ਬਣਾਉਂਦੇ ਉਹਨਾਂ ਨੂੰ, ਇਹ ਹੈ ਫਰਕ ਕਿ ਪ੍ਰਵਾਸੀ ਜ਼ਿਆਦਾ ਕਰਦੇ ਨੇ, ਇਹ ਜ਼ਿਆਦਾ ਪਾਏ ਗਏ, ਇਹੀ ਪਾਏ ਗਏ। ਮੈਂ ਵਾਇਲੇਸ਼ਨ ਇੰਨੀ ਇੱਧਰੋਂ ਨਹੀਂ ਦੇਖੀ, ਉੱਥੇ ਥੁੱਕ ਰਿਹਾ ਹੋਵੇ ਪਾਨ ਖਾਖਾ, ਉੱਥੇ ਤਮਾਖੂ ਮੜ ਰਹੇ ਹੋਏ, ਤੁਹਾਨੂੰ ਇਹ ਚੰਗਾ ਲੱਗਦਾ? ਜੀ ਜੇ ਤੁਹਾਨੂੰ ਚੰਗਾ ਲੱਗਦਾ ਫਿਰ ਠੀਕ ਹੈ। ਸਿਆਸੀ ਪਾਰੇ ਦੀ ਸ਼ੁਰੂਆਤ ਵਾਸਤੇ ਤਾਂ ਨਹੀਂ ਮਾਹੌਲ ਜਿਹਾ ਤਿਆਰ ਕੀਤਾ ਵੀ ਫਿਰ ਮੈਂ ਰਿਟਾਇਰਮੈਂਟ ਲੈ ਲਿਆ। ਮੈਂ ਜਿੱਥੇ ਜਿੱਥੇ ਰਿਹਾ ਨਾ, ਉਹ ਭਵਿੱਖ ਵਿੱਚ ਅਗਰ ਕੋਈ ਤੁਹਾਡੇ ਵਾਸਤੇ ਵੱਡਾ ਕਰਨਾ ਚਾਹੁੰਦਾ ਤਾਂ ਥੋੜਾ ਜਿਹਾ ਤਿਲ ਫੁੱਲ ਉਹਨੂੰ ਬੈਨੀਫਿਟ ਆਫ ਡਾਊਟ ਜ਼ਰੂਰ ਦੇ। ਫਿਰ ਵੀ ਪੁੱਛ ਲੈਣਾ, ਹੁਸ਼ਿਆਰਪੁਰ ਸੀਟ ਰਿਜ਼ਰਵਡ ਵੀ ਆ, ਹੁਸ਼ਿਆਰਪੁਰ ਸੀਟ ਭਾਜਪਾ ਦੀ ਝੋਲੀ ਜ਼ਿਆਦਾ ਪੈਂਦੀ ਆ, ਕੋਈ ਕੋਈ ਹੈ ਕਿਹੜੀ ਪਾਰਟੀ ਨਾਲ ਕਿਸੇ ਨਾਲ ਤਾਲਮੇਲ 'ਚ ਹੋ? ਤਾਲਮੇਲ ਬਹੁਤ ਹੈ, ਤੁਸੀਂ ਬਦਲਾਅ ਦੀ ਗੱਲ ਕਰਦੇ ਰਹੇ ਹੋ, ਬਦਲਾਅ ਵਾਲੀ ਪਾਰਟੀ 'ਚ ਜਾਓਗੇ? ਬੜਾ ਕੁਛ ਮੈਂ ਵੀ ਵਿਚਾਰਦਾ ਤੇ ਮੈਨੂੰ ਇਦਾਂ ਲੱਗਦਾ ਵੀ ਮੈਂ ਜਿਹੜਾ ਬੈਸਟ ਪੋਸੀਬਲ ਮੈਨੂੰ ਲੱਗੂਗਾ ਤੇ ਮੇਰੇ ਤੇ ਫਿਟੈਸਟ ਹੋਵੇ, ਜਿਹਦੇ 'ਚ ਮੈਂ ਆਪਣਾ ਵੀ ਕੁਛ ਅਚੀਵ ਕਰ ਸਕਾਂ। ਏਜੰਡੇ ਹੁੰਦੇ ਨੇ ਪਾਰਟੀਆਂ ਦੇ, ਕਿਹਾ ਤੈਅ ਜਾਂਦਾ ਨਾ ਵੀ ਸਾਡੀ ਪਾਰਟੀ ਆਹ ਏਜੰਡੇ 'ਤੇ ਚੱਲਦੀ ਹੈ, ਕੋਈ ਇੱਕ ਏਜੰਡਾ ਹੈ ਬਦਲਾਅ ਵਾਲਾ ਏਜੰਡਾ ਜਾਂ ਇੰਡੀਆ ਗੱਠਜੋੜ ਵਾਲਾ ਏਜੰਡਾ, ਭਾਜਪਾ ਦਾ ਏਜੰਡਾ, ਕੋਈ ਏਜੰਡਾ ਆਪਣੇ ਮੇਅ 'ਚ ਆਉਂਦਾ? ਮੈਂ ਥੋੜ੍ਹਾ ਇਹ ਵੀ ਦੇਖਦਾ ਹੁੰਦਾ ਵੀ ਇਹ ਪਾਰਟੀ ਨੇ ਜਿਹੜੇ ਕੋਈ ਕੈਲੀਬਰ ਜਾਂ ਜਿਹਨਾਂ 'ਚ ਕੋਈ ਪੈਸ਼ਨ ਹੈ, ਜਿਹਨਾਂ 'ਚ ਕੋਈ ਨੈਸ਼ਨਲ ਸਪਿਰਿਟ ਹੈ, ਉਹਨਾਂ ਬੰਦਿਆਂ ਨੂੰ ਖੁੱਲ੍ਹ ਕੇ ਕੰਮ ਕਰਨ ਦਿੱਤਾ, ਕਦੇ ਥੋੜ੍ਹਾ ਬਹੁਤ ਜ਼ਿਆਦਾ ਨਾ ਵੀ ਸਹੀ ਜੀ ਦਿੱਤਾ ਕਿ ਨਹੀਂ, ਕੀ ਉਹ ਆਪਣੇ ਟੈਲੈਂਟ ਨੂੰ, ਆਪਣੀ ਓਨੈਸਟੀ ਨੂੰ ਇਨ ਦਾ ਇੰਟਰਸਟ ਆਫ ਨੇਸ਼ਨ, ਇਨ ਦਾ ਇੰਟਰਸਟ ਆਫ ਪਬਲਿਕ ਉਹ ਯੂਟੀਲਾਈਜ਼ ਕਰ ਪਾਏ ਕਿ ਨਹੀਂ ਪਾਏ? ਇਹ ਸਵਾਲ ਮੇਰੇ ਅੰਦਰ ਉੱਠਦੇ ਰਹਿੰਦੇ। ਕਹਿ ਰਹੇ ਹੋ ਕਿ ਮੈਨੂੰ ਫਲਾਣੇ ਸਿਹਤ ਮੰਤਰੀ ਨੇ ਫਲਾਣੀ ਸਰਕਾਰ ਵੇਲੇ ਤੰਗ ਕੀਤਾ, ਤੁਹਾਨੂੰ ਐਂ ਨਹੀਂ ਲੱਗਦਾ ਸਿਆਸਤ 'ਚ ਆਉਣ ਤੋਂ ਪਹਿਲਾਂ ਤੁਸੀਂ ਘੱਟੋ ਘੱਟ ਇੱਕ ਜਾਂ ਕੁਛ ਸਿਆਸੀ ਵਿਰੋਧੀ ਦਾ ਤਿਆਰ ਕਰ ਲਏ, ਉਹ ਤਾਂ ਤੁਹਾਡੇ ਵੈਰ ਪੈਣਗੇ? ਅੱਜ ਕੋਈ ਪੋਲੀਟੀਕਲ ਪਾਰਟੀ ਜੁਆਇਨ ਕੀਤੀ, ਦੂਜੇ ਦਿਨ ਸਟੇਟਮੈਂਟਾਂ ਭਰੀਆਂ ਹੋਣੀਆਂ ਅਖਬਾਰਾਂ 'ਚ, ਸੋਸ਼ਲ ਮੀਡੀਆ ਭਰਿਆ ਹੋਣਾ ਜੀ, ਤਿਆਰ ਹੋ ਤੁਸੀਂ ਮਾਨਸਿਕ ਬੰਦੇ ਉਸ ਪਾਰਟੀ ਦੇ ਖਿਲਾਫ ਹੈ, ਇਹ ਤਾਂ ਇੱਕ ਤੁਸੀਂ ਕਹਿੰਦੇ ਉਦੋਂ ਪਤਾ ਨਹੀਂ ਕਿੰਨੇ ਕੁੱਟਣੇ। ਇੱਕ ਵਾਰ ਤੁਸੀਂ ਬਹੁਤ ਭਾਵੁਕ ਵੀ ਹੋਏ, ਹਰ ਬੰਦਾ ਹੁੰਦਾ ਹੈ ਆਪਣੇ ਮਾਤਾ ਜੀ ਨੂੰ ਲੈ ਕੇ, ਜੇ ਉਹ ਹੁੰਦੇ ਇਸ ਫੈਸਲੇ ਦੇ ਨਾਲ ਖੜਦੇ ਕਿ ਨੌਕਰੀ ਛੱਡ ਦੇਣੀ ਹੈ ਜਾਂ ਸਿਆਸਤ ਕਰਨੀ ਹੈ? ਮਾਂ ਕਮਜ਼ੋਰ ਸੀ ਜੀ, ਦਲੇਰ ਨਹੀਂ ਸੀ। ਇੱਕ ਵਾਰੀ ਮੈਂ ਲੌਬੀ 'ਚ ਆਪਣੇ ਬ੍ਰਦਰ ਦੇ ਘਰ, ਮੇਰੇ ਮਦਰ ਰਹਿੰਦੇ ਸੀ ਜ਼ਿਆਦਾ, ਅਤੇ ਮੈਂ ਕਿਹਾ ਵੀ ਅੱਜ ਨਾ ਬੀਜੀ ਰਾਤ ਨੂੰ ਉੱਠ ਪੈਂਦੇ ਤਾਂ ਕਈ ਵਾਰ ਮੈਨੂੰ ਲੱਗਦਾ ਡਿੱਗ ਵੀ ਜਾਂਦੇ, ਵੀ ਰਾਤ ਨੂੰ ਨਹੀਂ ਪਤਾ ਲੱਗਦਾ, ਅਤੇ ਮੈਂ ਕਿਹਾ ਅੱਜ ਮੈਂ ਸੌਣਾ ਇਹਨਾਂ ਦੇ ਲੱਗ ਕੇ। ਮੈਂ ਦੇਖਦਾ ਰਿਹਾ ਵੀ ਉਹ ਉੱਠ ਕੇ ਵਾਸ਼ਰੂਮ ਵੀ ਚਲੇ ਗਏ ਆਪੇ ਹੀ, ਕੰਧ ਕੁੰਧ ਫੜ ਕੇ, ਪਰ ਮੇਰੇ ਸਾਰੀ ਰਾਤ ਮੇਰੇ 'ਤੇ ਹੀ ਕੰਬਲ ਦਿੰਦੇ ਰਹੇ ਵੀ ਠੰਡ ਨਾ ਲੱਗ ਜਾਏ। ਮਤਲਬ ਮੈਂ ਸੀਗਾ ਵੀ ਮੈਂ ਮਾਂ ਦਾ ਕੇਅਰ ਕਰੂੰਗਾ, ਉਸ ਦੌਰ 'ਚ ਵੀ ਜਦੋਂ ਬੁੱਢੀ ਸੀ ਕੱਖ ਨਹੀਂ ਸੀ ਹੁੰਦਾ, ਟੁੱਟ ਹੱਥ ਕਮਜ਼ੋਰ ਜਿਹੇ ਬਾਹਾਂ ਨਾਲ ਕੰਬਲ ਹੀ ਚੁੱਕ ਚੁੱਕ ਮੇਰੇ 'ਤੇ ਦਿੰਦੀ ਰਹੀ ਰਾਤ। ਸਤਿ ਸ਼੍ਰੀ ਅਕਾਲ, ਬਰਾਊਜ਼ਰਲੀ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕਰਨ ਹਾਂਡਾ। ਕਿਹਾ ਗਿਆ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਖਾਣੇ ਦੇ ਨਾਂ ਉੱਤੇ ਗੰਦ ਪਰੋਸਿਆ ਜਾ ਰਿਹਾ, ਤੇ ਇੱਕ ਧਾਕੜ ਅਫਸਰ ਅਜਿਹੇ ਆਏ ਜਿਨ੍ਹਾਂ ਨੇ ਕਈ ਸਾਰੇ ਪਰਦੇ ਫਾਸ਼ ਕੀਤੇ, ਪਰ ਉਹਨਾਂ ਦਾ ਕਹਿਣਾ ਸੀ ਕਿ ਇਸ ਵਾਸਤੇ ਮੈਨੂੰ ਬਲੀਦਾਨ ਵੀ ਬਹੁਤ ਦੇਣੇ ਪਏ, ਤੇ ਅਖੀਰ ਉਹਨਾਂ ਨੇ ਉਸ ਨੌਕਰੀ ਦਾ ਵੀ ਕਹਿ ਲਈਏ ਬਲੀਦਾਨ ਦੇ ਦਿੱਤਾ, ਤੇ ਹੁਣ ਤਿਆਰੀ ਹੈ ਇੱਕ ਨਵੀਂ ਪਾਰੀ ਦੀ, ਸਿਆਸੀ ਪਾਰੀ ਦੀ।
ਅੱਜ ਸਾਡੇ ਨਾਲ ਨੇ, ਗੱਲਬਾਤ ਕਰਾਂਗੇ, ਜਾਣਾਂਗੇ ਕਿ ਕੀ ਬਦਲਾਅ ਨੇ, ਅੱਗੇ ਕੀ ਕੁਝ ਨਵਾਂ ਦੇਖਣ ਨੂੰ ਮਿਲੂਗਾ। ਸਾਡੇ ਨਾਲ ਨੇ XDHO ਡਾਕਟਰ ਲਖਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਐਕਸ ਲੱਗ ਗਿਆ ਅੱਗੇ ਹੁਣ ਸਰ? ਲੱਗਣਾ ਚਾਹੀਦਾ, ਵੈਸੇ ਸਭ ਦੇ ਲੱਗਣਾ ਜੀ। ਕੀ ਬਾਤ ਹੈ। ਤੇ ਇਹ ਸਰ, ਜਦੋਂ ਹੁਣ ਐਕਸ ਲੱਗਿਆ, ਕਦੇ ਤੈਨੂੰ ਐਂ ਤਾਂ ਨਹੀਂ ਲੱਗਦਾ ਵੀ ਜਿਹਨਾਂ ਨੂੰ ਡਰ ਪੈ ਗਿਆ ਸੀ ਵੀ ਡਾਕਟਰ ਸਾਹਿਬ ਆ ਜਾਣਗੇ, ਚੈਕਿੰਗ ਹੋ ਜਾਏਗੀ, ਆਹ ਬਦਲਾਅ ਕਰ ਦਈਏ, ਇਹ ਇੰਪਰੂਵਮੈਂਟ ਕਹਿ ਕੇ ਗਏ ਆ, ਡਾਕਟਰ ਸਾਹਿਬ ਆ ਜਾਣਗੇ, ਉਹ ਖੌਫ ਲੱਗਦਾ ਨਹੀਂ, ਉਹ ਤਾਂ ਖਤਮ ਹੋ ਗਏ, ਫਿਰ ਉਹ ਜਿਹਾ ਗੰਦ ਨਾਲ ਪਰੋਸਣ ਲੱਗ ਜਾਣ? ਦੇਖੋ, ਜੇ ਗੱਲ DHO ਸ਼ਿਪ ਦੀ ਕਰੀਏ ਤਾਂ ਇਹ ਤਾਂ ਵੈਸੇ ਵੀ ਇੱਕ ਟਨਿਓਰ ਆ ਨਾ ਜੀ, ਹੈ ਨਾ, ਕਹਿੰਦੇ ਬੁੱਢਾ ਹੋਇਆ ਸ਼ੇਖ ਫਰੀਦ, ਕੰਬਣ ਲੱਗੀ ਦੇ ਜੀ। ਜੇ 100 ਵਰਿਆਂ ਜੀਵਣਾ 20 ਤਨ ਹੋ ਸਿੱਖੇ, ਜੇ 100 ਵਰੇ ਵੀ ਜੀ ਲਊਗਾ ਕਹਿੰਦਾ ਖੇ ਫੇ ਵੀ ਤਨ ਹੋ ਜਾਣਾ, ਹਨਾ ਵੀ। ਜੇ ਹੋਰ ਵੀ 2 ਮਹੀਨੇ ਕਰ ਲੈਂਦੇ DHO ਸ਼ਿਪ ਜੀ, ਹੋਰ ਵੀ ਥੋੜਾ ਕਰ ਲੈਂਦੇ, ਫੇਰ ਵੀ ਜਾਣਾ ਹੀ ਜੀ। ਤਾਂ ਜੇ ਇਹ ਸਿਚੁਏਸ਼ਨ ਦੀ ਗੱਲ ਕਰੀਏ ਤਾਂ ਆਉਣੀ ਹੀ ਆਉਣੀ, ਇਹਦੇ ਤੋਂ ਕਾਹਦਾ ਫਿਕਰ। ਹਾਂ, ਇੰਨਾ ਜ਼ਰੂਰ ਹੈ ਇਹ ਚੱਲਦਾ ਰਹਿੰਦਾ, ਜਦੋਂ ਕੋਈ ਆਫਿਸਰ ਥੋੜਾ ਸਟ੍ਰਿਕਟ ਹੁੰਦਾ, ਥੋੜਾ ਡਿਸਿਪਲਿਨਡ ਹੁੰਦਾ, ਥੋੜਾ ਆਪਣਾ ਡਿਊਟੀ ਦੇ ਪ੍ਰਤੀ ਉਹ ਵਚਨਬੱਧਤਾ ਜ਼ਿਆਦਾ ਦਿਖਾਉਂਦਾ, ਤੇ ਜਿਹੜੇ ਬੰਦੇ ਕੁਤਾਹੀ ਕਰਨ ਵਾਲੇ ਆ, ਵਾਇਲੇਸ਼ਨ ਵਾਲੇ ਆ, ਉਹਨਾਂ ਨੂੰ ਚੰਗਾ ਲੱਗਦਾ ਵੀ ਚਲਾ ਗਿਆ, ਉਹ ਤੁਹਾਨੂੰ ਰਾਹਤ ਮਿਲਦੀ ਆ। ਪਰ ਮੈਂ ਸੋਚਦਾ ਵੀ ਗੱਲ ਰਾਹਤ ਦੀ ਨਹੀਂ ਹੈ, ਗੱਲ ਫੂਡ ਦੀ ਹੈ। ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੈਸੇ ਵੀ, ਵੀ ਭਰਾਓ, ਤੁਸੀਂ ਵੀ ਤਾਂ, ਤੁਹਾਡੇ ਬੱਚੇ ਵੀ ਤਾਂ ਖਾਂਦੇ ਹੀ ਆ, ਜੇ ਤੁਹਾਡਾ ਇਹ ਰਵੱਈਆ ਰਿਹਾ, ਆਉਣ ਵਾਲਾ ਪੰਜਾਬ ਜਿਹੜਾ ਉਹ ਕਿੱਦਾਂ ਦਾ ਹੋਊਗਾ, ਤੁਹਾਡੇ ਨਿਆਣਿਆਂ ਨੂੰ, ਤੁਹਾਡੇ ਅੱਗੇ ਪੜਪੋਤਿਆਂ ਪੜਦੋਤਿਆਂ ਨੂੰ ਕੀ ਮਿਲੂਗਾ ਖਾਣ ਨੂੰ ਜੀ? ਇਹ ਚਿੰਤਾ ਦਾ ਵਿਸ਼ਾ ਹੈ, ਆਪਾਂ ਨੂੰ ਸੀਰੀਅਸਲੀ ਕੰਮ ਕਰਨਾ ਚਾਹੀਦਾ, ਔਰ ਉਹਨਾਂ ਨੂੰ ਵੀ ਲੱਗਣਾ ਚਾਹੀਦਾ, ਡਰ ਡੁਰ ਦੀ ਨਹੀਂ ਗੱਲ, ਜ਼ਮੀਰ ਜਾਗਣੀ ਚਾਹੀਦੀ ਜੀ। ਇੱਕ ਸਵਾਲ ਤੁਹਾਡੇ ਤੋਂ ਸ਼ਾਇਦ ਪਹਿਲਾਂ ਵੀ ਹੋਇਆ ਕਿ ਨਹੀਂ, ਇਹ ਬਹੁਤ ਕਿਹਾ ਗਿਆ ਕਿ ਗਰੀਬੜਿਆਂ ਨੂੰ ਵੱਲ ਲਿਆ, ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਭਈਆ ਜਾਂ ਪ੍ਰਵਾਸੀ ਸ਼ਬਦ ਵਰਤ ਕੇ ਫਿਰ ਹੋਰ ਲੋਕ ਸੋਸ਼ਲ ਮੀਡੀਆ ਤੇ ਨਿਸ਼ਾਨਾ ਬਣਾਉਂਦੇ ਆ ਉਹਨਾਂ ਨੂੰ, ਇਹ ਹੈ ਫਰਕ ਕਿ ਪੰਜਾਬੀ ਵੀ ਉਹਨਾਂ ਕੋਲ ਕੁਛ ਕਰ ਹੀ ਜਾਂਦੇ ਆ, ਵੀ ਹਰ ਕੌਮ ਚ ਉਨੇ ਕੁ ਬੰਦੇ ਹੋ ਹੀ ਜਾਂਦੇ ਆ ਜਿਹੜੇ ਗਲਤੀਆਂ ਕਰਦੇ? ਪ੍ਰਵਾਸੀ ਜ਼ਿਆਦਾ ਕਰਦੇ ਰਹੇ ਜੀ, ਜਿਹੜੇ ਬੰਦੇ ਇਦਾਂ ਦੀਆਂ ਗੱਲਾਂ ਕਰਦੇ ਨੇ ਉਹਨੂੰ ਕਹੋ ਜਾ ਕੇ ਉੱਥੇ ਖਾਓ ਫਿਰ। ਮੈਂ ਤਾਂ ਯਾਰ ਅਵੇਅਰ ਕਰਨ ਵੱਲ ਨੂੰ ਤੁਰਿਆ ਕਰਨ, ਤੁਸੀਂ ਕਿੱਦਾਂ ਇੱਦਾਂ ਗੱਲ ਕਹਿ ਸਕਦੇ ਹੋ ਵੀ ਮੈਂ ਕੋਈ ਐਨਕ ਲਾ ਕੇ ਤੁਰਿਆ ਪਈ ਪ੍ਰਵਾਸੀ ਦੇਖਣਾ? ਮੈਂ ਤਾਂ ਦੇਖਦਾ ਅਡਲਟਰੇਸ਼ਨ ਕੌਣ ਕਰਦਾ ਜੀ, ਮਿਲਾਵਟਖੋਰੀ ਕੌਣ ਕਰਦਾ, ਕਿਹੜਾ ਫੂਡ ਨੂੰ ਬਹੁਤ ਹਲਕੇ ਤੌਰ ਤੇ ਲੈ ਰਿਹਾ, ਜਿਹੜਾ 20 ਸਾਲ ਤੋਂ ਕੰਮ ਕਰਦਾ, ਲਾਇਸੈਂਸ ਦਾ ਲੋੜ ਹੀ ਨਹੀਂ। ਪੰਜਾਬੀ ਵੀ ਹੋ ਸਕਦੇ ਆ, ਕੋਈ ਹੋਰ ਵੀ ਹੋ ਸਕਦੇ, ਪਰ ਇਹ ਜ਼ਿਆਦਾ ਪਾਏ ਗਏ, ਇਹੀ ਪਾਏ ਗਏ। ਮੈਂ ਵਾਇਲੇਸ਼ਨ ਇੰਨੀ ਇੱਧਰੋਂ ਨਹੀਂ ਦੇਖੀ, ਜਿੱਥੇ ਦੇਖੀ ਆ ਉੱਥੇ ਚਾਹੇ ਪੰਜਾਬੀ ਵੀ ਆ, ਉਹਨੂੰ ਏਦਾਂ ਨਹੀਂ ਭਈ, ਇੱਕ ਨਜ਼ਰ ਨਾਲ ਹੀ ਦੇਖਿਆ ਮੈਂ। ਮੈਨੂੰ ਤਾਂ ਇਸ ਗੱਲ ਨਾਲ ਮਤਲਬ ਹੀ ਕੋਈ ਨਹੀਂ ਭਈ ਪੰਜਾਬੀ ਆ ਪ੍ਰਵਾਸੀ ਆ, ਮੈਨੂੰ ਇਸ ਗੱਲ ਨਾਲ ਸੀ ਭਈ ਮਿਲਾਵਟਖੋਰੀ ਕਿੱਥੇ ਹੋ ਰਹੀ ਹੈ, ਵਰਕਸ਼ਾਪ ਕਿਚਨ ਕੌਣ ਪਾਨ ਖਾਖਾ ਥੁੱਕ ਰਿਹਾ, ਜਿਹਨਾਂ ਨੂੰ ਬਹੁਤ ਪ੍ਰਵਾਸੀਆਂ ਨਾਲ ਲੱਗਦਾ ਨਾ ਵੀ ਡਾਕਟਰ ਲਖਵੀਰ ਨੂੰ ਉਹਨਾਂ ਦੇ ਅਗੇਂਸਟ ਜਾਂਦਾ। ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਯਾਰ ਤੁਹਾਨੂੰ ਇਹ ਗੱਲ ਗਵਾਰਾ ਆ ਵੀ ਜਿੱਥੇ ਖੋਆ ਮਾਰ ਰਿਹਾ ਹੋਵੇ ਉੱਥੇ ਹੀ ਤੁਹਾਡਾ ਟੋਇਲਟ ਹੋਵੇ, ਉੱਥੇ ਹੀ ਥੁੱਕ ਰਿਹਾ ਹੋਵੇ ਪਾਨ ਖਾਖਾ, ਉੱਥੇ ਹੀ ਤੰਬਾਕੂ ਮੜ ਰਿਹਾ ਹੋਵੇ, ਤੁਹਾਨੂੰ ਇਹ ਚੰਗਾ ਲੱਗਦਾ ਜੀ? ਜੇ ਤੁਹਾਨੂੰ ਚੰਗਾ ਲੱਗਦਾ ਫਿਰ ਠੀਕ ਹੈ, ਫਿਰ ਥੋੜ੍ਹੀ ਤੈਅ ਕਰੋ ਵੀ ਉੱਥੇ ਖਾਓ ਜਾ ਕੇ, ਰੁਕਿਆ ਕਿਹਨੇ ਆ ਜੀ। ਪਰ ਆਉਣ ਵਾਲਾ ਇਹ ਸੋਚ ਲਈਏ, ਇੱਦਾਂ ਦਾ ਰਵੱਈਆ ਜਿਹੜਾ ਖਰਾ ਨਹੀਂ ਹੈਗਾ। ਜੇ ਕੋਈ ਬੰਦਾ ਆਫਿਸਰ, ਪਹਿਲਾਂ ਤਾਂ ਤੁਸੀਂ ਕਹਿੰਦੇ ਫੂਡ ਸੇਫਟੀ ਵਾਲੇ ਕੰਮ ਨਹੀਂ ਕਰਦੇ, ਨਿਕਲਦੇ ਨਹੀਂ, ਜੇ ਕੋਈ ਨਿਕਲਿਆ ਤੁਸੀਂ ਉਹਨੂੰ ਨਿੰਦਣ ਲਈ ਵੀ ਕੋਈ ਨਾ ਕੋਈ ਤਿਆਰ ਰਹਿੰਦੇ ਹੋ, ਮੈਂ ਇਹਨਾਂ ਨਾਲ ਸਹਿਮਤ ਨਹੀਂ ਹੈਗਾ।
ਪਰ ਮੈਨੂੰ ਲੱਗਦਾ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕੀਤੀ ਆ। ਔਰ ਜਿਹੜਾ ਬੰਦਾ ਤੁਹਾਨੂੰ ਇਹੋ ਜਿਹੇ ਕਰਦਾ, ਨਾਰਾਜ਼ਗੀ ਜ਼ਾਹਰ ਕਰਦਾ, ਉਹ ਬਹੁਤ ਛੋਟਾ ਕਰਨ ਵਰਗ ਹੈ ਜੀ, ਬਹੁਤ ਛੋਟਾ ਛੋਟਾ ਵਰਗ, ਬਹੁਤ ਵੱਡਾ ਵਰਗ ਹੈ ਜਿਹੜਾ ਤੁਹਾਨੂੰ ਲਾਈਕ ਕਰ ਰਿਹਾ, ਜਿਹੜਾ ਐਪਰੀਸ਼ੀਏਟ ਕਰਦਾ ਬਈ ਵੈਰੀ। ਬਹੁਤ ਬਹੁਤ ਦੁਨੀਆ ਨੇ, ਇਨਫੈਕਟ ਮੈਂ ਤੁਹਾਨੂੰ ਅੱਜ ਇੱਕ ਦੱਸਣਾ ਵੀ ਚਾਹੂੰਗਾ, ਮੈਂ ਇਹ ਇੰਟਰਵਿਊ ਤੁਹਾਡੇ ਨਾਲ ਜੋ ਸੰਪਰਕ ਕੀਤਾ ਮੈਂ ਆਪਦੇ ਪੇਰੈਂਟਸ ਦੇ ਕਹਿਣ ਤੇ ਕੀਤਾ, ਮੈਨੂੰ ਉਹਨਾਂ ਨੇ ਸਪੈਸ਼ਲ ਕਿਹਾ ਵੀ ਤੂੰ ਯਾਰ ਪੇਰੈਂਟਸ ਨੂੰ ਵੀ ਮੇਰਾ ਪ੍ਰਣਾਮ ਹੈ ਤੁਹਾਡਿਆਂ ਨੂੰ, ਵੀ ਉਹਨਾਂ ਦੀ ਇੰਟਰਵਿਊ ਜ਼ਰੂਰ ਕਰ ਰਹੇ ਨੂੰ ਕਰਦਿਆਂ ਨੇ ਕਿਹਾ ਤੇ ਮੈਂ ਜ਼ਰੂਰ। ਤੇ ਸਰ ਨਵੀਂ ਤਿਆਰੀ ਦੀ ਆਪਾਂ ਗੱਲ ਕਰ ਲਈਏ ਵੀ ਇੱਕ ਪਾਸੇ ਤਾਂ ਐਕਸ ਲੱਗ ਗਿਆ, ਹੁਣ ਇੱਕ ਪਾਸੇ ਨਵਾਂ ਪੈਰ ਵੀ ਰੱਖਣਾ ਆਪਾਂ ਸਿਆਸੀ ਪਾਰੀ ਦੀ, ਤੁਸੀਂ ਪਹਿਲਾਂ ਜ਼ਿਕਰ ਕਿਹਾ ਕਿ ਪੂਰਾ ਮਨ ਹੈ ਤਿਆਰੀ ਹੈ, ਇਹ ਵੀ ਕਿਹਾ ਕਿ ਜਦੋਂ ਮੈਂ ਜੌਬ ਤੋਂ ਰਿਟਾਇਰ ਹੋ ਗਿਆ ਫਿਰ ਦੱਸੂਗਾ, ਅੱਜ ਬੇੜਾ ਸਰ ਕੋਈ ਹੁਣ ਕਦੋਂ ਤੱਕ ਉਮੀਦ ਕਰ ਸਕਦੇ ਹੋ? ਕਰਨ ਜੀ ਅਜੇ ਤੱਕ ਇਦਾਂ ਦਾ ਕੋਈ ਤੈਅ ਨਹੀਂ ਹੋਇਆ ਜੀ ਵੀ ਕਿੱਧਰ ਕਿਸ ਖਾਸ ਪਾਰਟੀ ਚ ਜਾਣਾ ਜਾਂ ਕਿਸੇ ਕਿਹੜਾ ਰਾਹ ਚੁਣਨਾ। ਇਹ ਤਾਂ ਹੈ ਵੀ ਰਾਹ ਜਿਹੜਾ ਉਹ ਓਵਰਆਲ ਡਿਸਾਈਡ ਕਰ ਲਿਆ ਵੀ ਇਸ ਖੇਤਰ ਚ ਜਾਣਾ, ਕਿਉਂਕਿ ਤਾਂ ਹੀ ਕੁਇਟ ਕੀਤਾ। ਤੁਸੀਂ ਬਦਲਾਅ ਦੀ ਗੱਲ ਕਰਦੇ ਰਹੇ ਹੋ, ਬਦਲਾਅ ਵਾਲੀ ਪਾਰਟੀ ਚ ਜਾਓਗੇ? ਮੈਂ ਇੱਕ ਗੱਲ ਕਰਦਾ, ਹਾਂਜੀ ਬੜਾ ਕੁਛ ਮੈਂ ਵੀ ਵਿਚਾਰਦਾ, ਮੈਂ ਵੀ ਐਡੀ ਵੱਡੀ ਸੈਕਰੀਫਾਈਸ ਕੀਤੀ ਆ। ਇੱਕ ਗੱਲ ਜ਼ਿੰਦਗੀ 'ਚ ਯਾਦ ਰੱਖਣੀ ਚਾਹੀਦੀ ਹੈ ਵੀ ਜਿਹੜਾ ਵਾਹਿਗੁਰੂ ਆ, ਭਗਵਾਨ ਰਾਮ, ਇਹ ਚਲਾਉਂਦਾ ਸ੍ਰਿਸ਼ਟੀ ਨੂੰ, ਡੈਸਟਨੀ ਕਹਿ ਲਓ, ਸਟਾਰ ਕਹਿ ਲਓ, ਕਾਮਯਾਬੀ ਵਾਹਿਗੁਰੂ ਦੇ ਹੱਥੋਂ। ਕ੍ਰਿਸ਼ਨ ਭਗਵਾਨ ਨੇ ਕਹਿੰਦੇ ਨੇ ਅਰਜੁਨ ਨੂੰ ਵੀ ਤੂੰ ਕਰਮ ਕਰਤਾ ਚੱਲ, ਫਲ ਕੀ ਇੱਛਾ ਨਾ ਕਰ ਜੀ। ਮੈਂ ਜੋ ਮੈਂ ਨੋਬਲ ਕਾਜ਼ ਜਿਹਦੇ ਵਾਸਤੇ ਮੈਂ ਕੁਇਟ ਕੀਤਾ, ਕਿਉਂਕਿ ਜਿਹੜਾ ਫੂਡ ਸੇਫਟੀ 'ਚੋਂ ਇੰਨਾ ਪਿਆਰ ਮਿਲਿਆ, ਕੰਮ ਮੈਂ ਪਹਿਲਾਂ ਵੀ ਬਹੁਤ ਕੀਤਾ, ਤੁਸੀਂ ਸਵਾਲ ਅਗਲਾ ਪੁੱਛੋ ਨਾ ਪੁੱਛੋ ਜੀ। ਬਈ ਕਈ ਪੁੱਛ ਲੈਂਦੇ ਆ ਵੀ ਸਿਆਸੀ ਪਾਰੇ ਦੀ ਸ਼ੁਰੂਆਤ ਵਾਸਤੇ ਤਾਂ ਨਹੀਂ ਮਾਹੌਲ ਜਿਹਾ ਤਿਆਰ ਕੀਤਾ ਵੀ ਫਿਰ ਮੈਂ ਰਿਟਾਇਰਮੈਂਟ ਲੈ ਲਵਾਂ? ਮੈਂ ਜਿੱਥੇ ਜਿੱਥੇ ਰਿਹਾ ਨਾ, ਤੁਸੀਂ ਦੱਸੋ, ਅਗਰ ਮੈਂ ਜੇਲ੍ਹ ਦਾ ਡਾਕਟਰ ਹਾਂ, ਸਭ ਤੋਂ ਵੱਧ ਕਿਹਨੂੰ ਮੇਰੇ ਬਾਰੇ ਪਤਾ ਹੋਊਗਾ ਵੀ ਇਹ ਜੇਲ੍ਹ ਦਾ ਡਾਕਟਰ, ਬਤੌਰ ਜੇਲ੍ਹ ਦਾ ਡਾਕਟਰ ਵਧੀਆ ਡਾਕਟਰ ਕਿਹਨੂੰ ਪਤਾ ਹੋ? ਤੁਸੀਂ ਦੱਸੋ, ਕੈਦੀਆਂ ਨੂੰ ਪਤਾ ਹੋ, ਕੈਦੀਆਂ ਨੂੰ ਪਤਾ, ਜੇਲ੍ਹ ਸੁਪਰਡੈਂਟ ਨੂੰ ਪਤਾ ਹੋ, ਜੇਲ੍ਹ ਦੇ ਸਟਾਫ ਨੂੰ ਪਤਾ ਹੋ, ਇਹਦਾ ਮਤਲਬ ਬੈਸਟ ਓਪੀਨੀਅਨ ਤਾਂ ਉਹ ਮੇਰੇ ਬਾਰੇ ਦੇ ਸਕਦੇ ਨੇ ਜਿੱਥੇ ਤੁਸੀਂ ਕੰਮ ਕੀਤਾ, ਜਿੱਥੇ ਕੰਮ ਕੀਤਾ। ਤੁਸੀਂ ਕੁਛ ਨਹੀਂ ਕਹਿ ਸਕਦੇ ਜੀ, ਤੁਸੀਂ ਮੇਰਾ ਜੇਲ੍ਹ ਸੈਂਟਰਲ ਜੇਲ੍ਹ ਮੈਂ ਕਹਿ ਰਿਹਾ ਤੁਹਾਨੂੰ ਨਹੀਂ ਪਤਾ, ਮੈਂ 7 ਸਾਲ ਪੰਜਾਬ ਪੁਲਿਸ ਦਾ ਡਾਕਟਰ ਹਾਂ ਤੁਹਾਨੂੰ ਬਿਲਕੁਲ ਨਹੀਂ ਪਤਾ। ਕੋਵਿਡ 'ਚ ਮੈਂ ਕਰੋਨਾ 'ਚ ਐਕਸਟ੍ਰੀਮ ਦਾ ਕੰਮ ਕੀਤਾ ਜੀ, ਕੋਈ ਛੁੱਟੀ ਨਹੀਂ ਕੀਤੀ, ਕੋਈ ਗੈਜ਼ਟਡ ਨਹੀਂ, ਕੋਈ ਸੰਡੇ ਨਹੀਂ, 10:30 ਰਾਤ ਨੂੰ ਆਉਣਾ, ਸੀਲਾਂ ਲਾ ਕੇ ਸੈਂਪਲਾਂ ਦੀਆਂ ਕੋਈ ਔਰ ਤੁਸੀਂ ਯਕੀਨ ਮੰਨਿਓ ਮੈਨੂੰ ਉਹਦੀ ਤਨਖਾਹ ਨਹੀਂ ਸੀ ਮਿਲਦੀ, ਉਹ ਮੇਰਾ ਕੰਮ ਨਹੀਂ ਸੀਗਾ ਜੀ। ਫਿਰ ਤੁਸੀਂ ਦੇਖੋ 103 ਵਾਰ ਬਲੱਡ ਦੇ ਚੁੱਕਾ ਇੱਕ, ਤੁਸੀਂ ਫਿਰ ਇਹ ਦੱਸੋ ਵੀ ਹਰ ਹਫ਼ਤੇ ਪਲੇਟਲੈਟ ਦੇਣ ਨੂੰ ਕਿਹਾ ਹੁੰਦਾ ਸੀ ਵੀ ਮੈਨੂੰ ਬੁਲਾ ਲਓ ਮੈਂ ਦੇਣੇ। ਜਿੱਥੇ ਜਿੱਥੇ ਵੀ ਬੈਨੀਫਿਸ਼ਰੀ ਰਹੇ ਆ, ਜਿੱਥੇ ਜਿੱਥੇ ਜੋਬ ਕੀਤੀ, ਚਾਹੀ ਐਮ ਓ ਕੀਤੀ ਹੈ, ਔਫਰਾਂ ਬਹੁਤ ਹੋਈਆਂ, DHOship ਕੀਤੀ, ਇਹ ਉਹਨਾਂ ਨੂੰ ਪਤਾ ਜਿਹੜੇ ਪੈਸੇ ਔਫਰ ਕਰਦੇ ਸੀ ਵੀ ਮੈਂ ਇਮਾਨਦਾਰ ਹਾਂ ਕਿ ਨਹੀਂ ਇਮਾਨਦਾਰ, ਕਿਉਂਕਿ ਉਹਨਾਂ ਨੇ ਔਫਰ ਕੀਤਾ, ਮੈਂ ਨਹੀਂ ਸਵੀਕਾਰਿਆ, ਮੈਂ ਕਿਹਾ ਵੀ ਪੈਸੇ ਦਾ ਮੈਟਰ ਨਹੀਂ, ਫੂਡ ਸ਼ੁੱਧ ਦਵਾਈ। ਸੋ ਮੈਂ ਇਹ ਕਹਿੰਦਾ ਵੀ ਜਿਹੜੀ ਡਿਊਟੀ ਕੀਤੀ ਨਾ ਜਿੱਥੇ ਜਿੱਥੇ ਵੀ ਕੀਤੀ, ਆਪਣੀ ਅੰਤਰਾਤਮਾ ਤੋਂ ਬਹੁਤ ਖੁਸ਼ ਹਾਂ, ਰੱਬ ਨੂੰ ਜਾਣ ਦੇਣੀ ਇੱਕ ਦਿਨ। ਔਰ ਮੈਂ ਇੱਕ ਗੱਲ, ਜਿੱਦਾਂ ਮੈਂ ਭਗਵਾਨ ਦੀ ਗੱਲ ਕੀਤੀ ਸੀ, ਜਿਸ ਨੋਬਲ ਕਾਜ਼ ਵਾਸਤੇ ਜੋਬ ਛੱਡੀ ਹੈ, ਕਿਉਂਕਿ ਇਹ 'ਚੋਂ ਪਿਆਰ ਬਹੁਤ ਮਿਲਿਆ ਜੀ ਮੈਨੂੰ ਜ਼ਿੰਦਗੀ 'ਚ, ਇੱਕ ਚੀਜ਼ ਲੱਗੀ ਹੈ, ਤੁਸੀਂ ਨਾ ਕਰਪਸ਼ਨ ਕਰ ਲਓ, ਭ੍ਰਿਸ਼ਟ ਹੋ ਜਾਓ, ਜਿੰਨਾ ਮਰਜ਼ੀ ਪੈਸਾ ਕਮਾ ਲਓ, ਪਰ ਮੈਨੂੰ ਇਹ ਜਿਹੜੀ ਅਰਨਿੰਗ ਹੈ ਨਾ, ਜਿਹੜਾ ਇਹ ਅਰਨਿੰਗ ਜਿਹੜੀ, ਜੇ ਇਹ ਪਿਆਰ ਮਿਲਿਆ, ਕਿਤੇ ਤੁਰੇ ਜਾਂਦੇ ਆ ਵੀ ਲੋਕ ਤੁਹਾਨੂੰ ਘੇਰ ਕੇ ਖੜੇ ਹੋ ਜਾਂਦੇ ਆ ਵੀ ਤੁਸੀਂ ਉਹੀ ਫੂਡ ਸੇਫਟੀ ਵਾਲੇ ਹੋ ਜੀ, ਤੁਸੀਂ ਡਾਕਟਰ ਲਖਵੀਰ ਹੋ, ਧਾਕੜ ਅਫਸਰ, ਜੋ ਜੋ ਵੀ ਖਿਤਾਬ ਮਿਲੇ, ਉਹ ਮੈਨੂੰ ਅਰਨਿੰਗ ਬਹੁਤ ਵੱਡੀ ਲੱਗਦੀ
ਜੀ ਜੀ ਤੇ ਸਰ ਜਿਵੇਂ ਤੁਸੀਂ ਕਿਹਾ ਕਿ ਪੈਸੇ ਵੀ ਆਫਰ ਹੁੰਦੇ ਸੀ, ਦਬਾਅ ਵੀ ਫਿਰ ਪੈਂਦੇ ਹੀ ਰਹੇ ਹੋਣਗੇ, ਤੁਸੀਂ ਅੱਗੇ ਵੈਸੇ ਗੱਲ ਕੀਤੀ ਆ ਵੀ ਮੰਤਰੀ ਸੰਤਰੀ ਦਬਾਅ ਪਾਉਂਦੇ ਸੀ, ਇਹ ਗੱਲਾਂ ਵੀ ਬਹੁਤ ਹੋ ਗਈਆਂ ਹੁਣ ਤੁਸੀਂ ਮਤਲਬ ਵੀ ਮੈਂ ਇਹ ਨਹੀਂ ਕਹਿੰਦਾ ਕਿ ਉਹ ਗੱਲ ਤੁਸੀਂ ਦਰਾਓ ਵੀ ਦਬਾਅ ਪੈਂਦੇ ਸੀ, ਮੈਂ ਇਹ ਪੁੱਛ ਰਿਹਾ ਵੀ ਤੁਸੀਂ ਵੀ ਉਸੇ ਹੁਣ ਕੜੀ ਦੇ ਵਿੱਚ ਆ ਜਾਓਗੇ, ਸਿਆਸਤਦਾਨ ਜੇ ਬਣਦੇ ਹੋ ਤਾਂ ਫਿਰ ਤੁਹਾਡੇ ਕੋਲ ਵੀ ਉਹ ਤਾਕਤਾਂ ਆਉਣਗੀਆਂ, ਉਹਨਾਂ ਦੇ ਫਿਰ ਕਿਵੇਂ ਵਰਤੋਂ ਹੋਊਗੀ? ਕਰਨ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਜੇ ਤੁਸੀਂ ਮੌਜੂਦਾ ਪਾਰਟੀ ਦੀ ਗੱਲ ਕਰੋ, ਕਿਸੇ ਹੋਰ ਦੀ ABCD ਕੋਈ ਕਿਸੇ ਦੀ ਗੱਲ ਕਰੋ, ਮੇਰਾ ਖਿਆਲ ਆ ਹੋਇਆ ਇਹ ਆ ਵੀ ਲੋਕਾਂ ਨੇ ਜਿਹਨਾਂ ਨੂੰ ਮੈਂਡੇਟ ਦਿੱਤਾ, ਭਰੋਸਾ ਜਿਹਨਾਂ 'ਚ ਲੋਕਾਂ ਨੇ ਪ੍ਰਗਟ ਕੀਤਾ, ਉਹਦਾ ਜਵਾਬ ਉਸ ਵੇਲੇ ਜਿਹੜਾ ਮਰਜ਼ੀ ਦਿੰਦੇ ਉਹਦੀ ਕੋਈ ਵੈਲਿਊ ਨਹੀਂ, ਆਲ ਦੋਜ਼ ਰਿਪਲਾਈਜ਼ ਇਮਟੀਰੀਅਲ, ਕੋਈ ਮਤਲਬ ਹੀ ਨਹੀਂ। ਮੈਂ ਤੁਹਾਨੂੰ ਹੁਣ ਕਹਿ ਦੇਵਾਂ ਉਹਦਾ ਵੀ ਕੋਈ ਮਾਇਨਾ ਨਹੀਂ ਜੀ। ਮੈਨੂੰ ਇੱਦਾਂ ਲੱਗਦਾ ਵੀ ਕਈ ਚੀਜ਼ਾਂ ਜਿਹੜੀਆਂ ਨਾ ਉਹ ਸਮੇਂ 'ਤੇ ਛੱਡਣੀਆਂ ਚਾਹੀਦੀਆਂ, ਸਮਾਂ ਰਿਪਲਾਈ ਦਿੰਦਾ। ਮੈਂ ਕਿਸ ਜਨੂੰਨ ਨਾਲ ਲੈ ਕੇ ਇਹ ਡਿਸੀਜਨ ਲਿਆ, ਕਿਸ ਜਨੂੰਨ ਨੂੰ ਲੈ ਕੇ ਮੈਂ ਆਪਣੇ ਜਿਸਮ ਵਿੱਚ ਇੱਥੇ ਐਡੀ ਵੱਡੀ ਸੈਕਰੀਫਾਈਸ ਕੀਤੀ। ਮੈਂ ਕਰਨ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਜੀ, ਮੇਰੇ ਹੱਥ 'ਚ ਤਾਂ ਨਹੀਂ ਨਾ ਕੁਛ ਹੈਗਾ ਵੀ ਕੋਈ ਪੋਲੀਟੀਕਲ ਪਾਰਟੀ, ਨਾ ਮੇਰਾ ਕੋਈ ਚਾਚਾ ਤਾਇਆ ਮੰਤਰੀ ਪਿਛੋਕੜ, ਨਹੀਂ ਮੇਰਾ ਕੋਈ ਸਾਦੀ ਜੀ ਫੈਮਿਲੀ। ਦੂਜੇ ਪਾਸੇ ਕੋਈ ਹਾਂ ਨਹੀਂ, ਹੁੰਗਾਰਾ ਨਹੀਂ ਵੀ ਆ ਜਾਓ ਤਾਂ ਤੁਹਾਨੂੰ ਮੰਤਰੀ ਬਣਾ ਦੇਣਾ ਟਿਕਟ ਦੇ ਦੇਣਾ ਜੀ, ਇੱਕ ਹੱਥ 'ਚ ਆਇਆ ਨਹੀਂ, ਇੱਕ ਹੱਥ 'ਚ ਸੀਗਾ ਉਹ ਛੱਡ ਦਿੱਤਾ। 3.5 ਸਾਲ ਐਡੀ ਵੱਡੀ ਨੌਕਰੀ, ਸਿਵਲ ਸਰਜਨ ਵੀ ਬਣਨਾ ਸੀ, ਡਾਇਰੈਕਟਰ ਵੀ ਸ਼ਾਇਦ ਬਣ ਜਾਂਦੇ। ਤਨਖਾਹ ਤੁਸੀਂ ਉਸ ਟਾਈਮ ਤੇ ਆ ਕੇ ਜਦੋਂ ਵੱਡੇ ਅਹੁਦੇ ਮਿਲਨੇ ਸੀ। ਦੇਖੋ ਨਾ ਇਹ ਜੌਬ ਜਿਹੜੀ ਹੁੰਦੀ ਨਾ ਡਾਕਟਰਸ ਦੀ, ਇਹ 'ਚ ਕੋਈ ਬੰਦਾ ਚਾਹੁੰਦਾ ਵੀ ਮੈਨੂੰ 6 ਮਹੀਨੇ ਹੋਰ ਸਰਕਾਰ ਦੇ ਦੇ ਕਿਸੇ ਤਰ੍ਹਾਂ ਜੀ, ਐਕਸਟੈਂਸ਼ਨ ਦੇ ਦੇ। ਇਹ ਗੱਲਾਂ ਕਹਿਣੀਆਂ ਬਹੁਤ, ਮੈਨੂੰ ਕਈ ਵਾਰ ਮਹਿਸੂਸ ਹੁੰਦਾ ਹੁੰਦਾ ਵੀ ਸਾਡੀ ਮਾਨਸਿਕਤਾ ਕਿੱਦਾਂ ਦੀ ਹੈ। ਮੈਨੂੰ ਲੱਗਦਾ ਜੇ ਮੈਂ ਇੱਦਾਂ ਦਾ ਹੀ ਡਿਸੀਜਨ, ਇਹੀ ਕੁਛ ਸਿਨੈਰੀਓ ਹੀ ਹੁੰਦਾ ਜੇ ਮੈਂ ਅਬਰੋਡ ਹੁੰਦਾ ਤਾਂ ਸ਼ਾਇਦ ਮੈਨੂੰ ਹੋਰ ਤਰ੍ਹਾਂ ਦਾ ਹੁੰਗਾਰਾ ਮਿਲਦਾ ਜੀ, ਇੱਥੇ ਦੀ ਪ੍ਰਤੀਕਿਰਿਆ ਹੋਰ ਤਰ੍ਹਾਂ ਦੀ ਮਿਲਦੀ, ਲੋਕਾਂ ਦਾ ਸ਼ੱਕੀ ਨਜ਼ਰੀਆ, ਪਰ ਸ਼ੱਕੀ ਵੀ ਨੈਗੇਟਿਵ, ਸ਼ੱਕੀ ਹੋਵੋ ਪੋਜ਼ਿਟਿਵ, ਥੋੜੇ ਜਿਹਾ ਤਾਂ ਯਾਰ ਹੋਵੋ ਜੀ, ਸ਼ਾਇਦ ਬੈਨੀਫਿਟ ਆਫ ਡਾਊਟ ਥੋੜਾ ਤਾਂ ਦਿਓ ਜੀ ਵੀ ਸ਼ਾਇਦ ਯਾਰ ਇਸ ਬੰਦੇ ਨੇ ਇੰਨਾ ਕੁਛ ਕਰਤਾ। ਤੁਸੀਂ ਯਾਰ ਸਵਾਲ ਉਠਾਏ ਨਾ ਵੀ ਬਾਕੀ ਜ਼ਿਲ੍ਹਿਆਂ 'ਚ ਕਿਉਂ ਨੀ ਕੰਮ ਹੋ ਰਿਹਾ, ਇਹੀ ਆ ਮਿਲਾਵਟਖੋਰੀ ਖੱਲੀ ਇਹਦੇ ਕੋਲ ਆ। ਅੱਧੀ ਰਾਤ ਨੂੰ ਯਾਰ 2 ਵਜੇ ਤੁਰਿਆ ਮੈਂ ਜੀ, ਨੀਂਦ ਨੀ ਪਿਆ ਰਹੀ ਮੈਨੂੰ ਧੁੰਦ 'ਚ ਫੌਗ 'ਚ, ਕਿਹੜਾ ਸਰਕਾਰੀ ਅਫਸਰ ਕਰਦਾ ਇਹ ਵੀ ਸਵਾਲ ਹੁੰਦੇ। ਬਾਕੀ ਕਿਉਂ ਨੀ ਕਰਦੇ? ਮੈਂ ਇੱਕ ਗੱਲ ਹੋਰ ਕਰਦਾ ਜੀ, ਕੋਈ ਨੋਬਲ ਪੁਰਸਕਾਰ ਮੈਨੂੰ ਮਿਲ ਜਾਣਾ ਸੀ, ਕੋਈ ਇਨਕਰੀਮੈਂਟ ਵੱਧ ਮਿਲ ਜਾਣੀ ਸੀ, ਮੈਨੂੰ ਤਨਖਾਹ ਵੱਧ ਮਿਲ ਜਾਣੀ ਸੀ, ਨੋ ਤਨਖਾਹ ਨਿਯਮ ਜਿਹੜੇ ਬਣੇ ਹੋ ਨਾ ਉਹਦੇ ਮੁਤਾਬਕ ਹੀ ਮਿਲਣੀ, ਉੱਤੋਂ 1 ਰੁਪਈਆ ਨੀ ਤੁਹਾਨੂੰ ਕੋਈ ਵੱਧ ਦੇ ਸਕਦਾ, ਫਾਈਨੈਂਸ਼ੀਅਲ ਮੈਟਰ ਇੱਦਾਂ ਦਾ ਹੈ ਜੀ। ਕੋਈ ਹੋਰ ਕੋਈ ਸਨਮਾਨ ਵੀ ਨਹੀਂ ਮਿਲੇ ਸਰਕਾਰੀ ਤੌਰ ਤੇ, ਹਾਂ NGOs ਨੇ ਬਹੁਤ ਦਿੱਤੇ ਆ, ਸੈਂਟਰ ਗਵਰਨਮੈਂਟ ਤੋਂ ਪੁਰਸਕਾਰ ਮਿਲਿਆ ਕੰਮ ਕਰਨ ਦੇ ਬਦਲੇ 'ਚ, ਪਰ ਮੈਨੂੰ ਲੱਗਦਾ ਹੁੰਦਾ ਵੀ ਜੇ ਮੈਂ ਕਦੀ ਵੀ ਰੱਬ ਨੇ ਮੈਨੂੰ ਮੌਕਾ ਬਖਸ਼ਿਆ, ਮੈਂ ਕੋਈ ਮੇਰੇ ਥੱਲੇ ਕੋਈ ਬੈਸਟ ਕੰਮ ਕਰੇਗਾ ਨਾ, ਮੈਂ ਉਹਦੇ ਘਰੇ ਜਾ ਕੇ ਉਹਨੂੰ ਹੱਗ ਕਰੂੰਗਾ, ਜੱਫੀ ਪਾਊਂਗਾ, ਜੇ ਮੈਂ ਚਾਹ ਦਾ ਕੱਪ ਪੀਊਂਗਾ, ਜੋ ਬੈਸਟ ਮੇਰੇ ਕੋਲੋਂ ਉਹਦੇ ਤੰਤਰ ਵਿੱਚ ਰਹਿ ਕੇ ਉਹਦੇ ਲਈ ਕਰ ਸਕਦਾ ਹੋਇਆ ਮੈਂ ਕਰੂੰਗਾ, ਸੋ ਦੈਟ ਕੋਈ ਦੀਵਾ ਜਗਿਆ ਆ, ਕੋਈ ਲਾਟ ਉੱਭਰੀ ਆ, ਹੋਰ ਵੀ ਉਹਨੂੰ ਦੇਖ ਕੇ ਜਗਣਗੇ, ਕਿਤੇ ਇੱਦਾਂ ਨਾ ਹੋਵੇ ਕਿ ਉਹ ਉਹਨੂੰ ਲੱਗੇ ਵੀ ਉਹਦਾ ਕੀ ਮੁੱਲ ਪਿਆ, ਅਸੀਂ ਕਰਕੇ ਕੀ ਲੈ ਲੈਣਾ ਜੀ, ਡੈਸਪੀਰੇਟ ਨਾ ਹੋ ਜਾਣ ਲੋਕੀ, ਡੀਮੋਟੀਵੇਟ ਨਾ ਹੋ ਜਾਣ। ਤੁਸੀਂ ਕਿਹਾ ਤੁਹਾਡੇ ਤੇ ਵੀ ਇਹ ਸਮਾਂ ਆਇਆ ਤੁਸੀਂ ਡੀਮੋਟੀਵੇਟ ਹੁੰਦੇ ਸੀ, ਤਾਂ ਮੇਰਾ ਇੱਕ ਸਵਾਲ ਇਹ ਆ ਵੀ ਪ੍ਰੈਸ਼ਰਸ ਤਾਂ ਜੇ ਤੁਸੀਂ ਸਿਆਸਤ ਵਿੱਚ ਆਉਂਦੇ ਹੋ ਉੱਥੇ ਵੱਡੇ ਪ੍ਰੈਸ਼ਰ ਹੋਣਗੇ, ਇੱਥੇ ਤੁਹਾਡੇ ਸ਼ਾਇਦ ਕੋਈ ਸੀਨੀਅਰ ਅਫਸਰ ਜਾਂ ਮੰਤਰੀ ਪ੍ਰੈਸ਼ਰ ਪਾਉਂਦਾ ਹੋਊ, ਸਿਆਸਤ ਦੇ ਵਿੱਚ ਤਾਂ ਮੰਨ ਲਓ ਤੁਸੀਂ ਕਿਸੇ ਨੈਸ਼ਨਲ ਪਾਰਟੀ 'ਚ ਜਾਂਦੇ ਹੋ, ਮੰਨ ਲਓ
ਤਾਂ ਉੱਥੋਂ ਤਾਂ ਦਿੱਲੀ ਤੋਂ ਵੀ ਪ੍ਰੈਸ਼ਰ ਆਊਗਾ, ਉਦੋਂ ਵੀ ਪ੍ਰੈਸ਼ਰ ਤਾਂ ਰਹਿਣਗੇ, ਤਾਂ ਆਜ਼ਾਦੀ ਓਨੀ ਤਾਂ ਨਹੀਂ ਹੁੰਦੀ। ਕਰਨ ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਮੈਂ ਜ਼ਿੰਦਗੀ 'ਚ ਨਾ ਇੱਕ ਚੀਜ਼ ਮਹਿਸੂਸ ਕੀਤੀ ਆ, ਕੋਈ ਬਹੁਤ ਵੱਡੇ ਪੱਧਰ ਦਾ ਜੇ ਤੁਸੀਂ ਨਾ ਵੀ ਕਰ ਸਕੋ ਪਰ ਬਹੁਤ ਕੁਛ ਤੁਹਾਡੇ ਹੱਥ 'ਚ, ਤੁਹਾਡੇ ਵੀ ਜੀ, ਤੁਸੀਂ ਕੋਈ ਮੰਤਰੀ ਨਹੀਂ, ਕੋਈ ਆਫਿਸਰ ਨਹੀਂ ਹੈਗੇ, ਅਗਰ ਤੁਸੀਂ ਇੱਕ ਏਜੰਡਾ ਬਣਾ ਲਓ ਸੇਵਾ ਦਾ, ਤੇ ਤੁਹਾਡੇ ਕੋਲ ਵੀ ਇਦਾਂ ਦਾ ਹੁੰਦਾ, MLA ਮੰਤਰੀ MP ਕੋਲ ਤਾਂ ਬਹੁਤ ਕੁਛ ਹੁੰਦਾ ਜੀ, MP ਆਪਣੇ ਫੰਡ ਦਾ ਹੀ ਸਦਉਪਯੋਗ ਕਰ ਦਿੰਦਾ ਵੀ ਕਿੱਥੇ ਕਿੱਥੇ ਦੇਣਾ, ਬਾਕੀ ਜਿੱਥੇ ਰਿਕੁਆਇਰਮੈਂਟ ਉੱਥੇ ਦਵਾਂ। ਜਿਹੜਾ ਕੋਈ ਵੀ ਬੰਦਾ ਹੋਰ ਨਹੀਂ ਕੁਛ ਕਿਸੇ ਪਰਿਵਾਰ 'ਚ, ਰਾਜਨੀਤੀ ਦੀ ਨਹੀਂ ਮੈਂ ਗੱਲ ਕਰਦਾ, ਫਿਰ ਰਾਜਨੀਤੀ ਕਰੋ ਜੀ, ਕਿਸੇ ਦਾ ਦੁੱਖ ਦਰਦ ਆ, ਕੋਈ ਕਿਸੇ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਗਈ, ਉਹਨਾਂ ਘਰਾਂ 'ਚ ਜਾ ਕੇ ਸਾਂਝ ਪਾਉਣੀ, ਛੋਟੇ ਛੋਟੇ ਕੰਮ ਹੈ ਦਫ਼ਤਰਾਂ ਦੇ ਜਿਹੜੇ ਲੋਕੀ ਖੱਜਲ ਹੋ ਰਹੇ, ਉਹਨਾਂ 'ਚ ਪਰਸਨਲੀ ਇਨਵੋਲਵ ਹੋ ਕੇ ਕੰਮ ਕਰਾਉਣੇ, ਜਿੱਦਾਂ ਮੈਂ ਕਰਾਉਂਦਾ ਜੀ, ਜਿੱਦਾਂ ਮੇਰੀ ਹਿਸਟਰੀ ਰਹੀ ਹੈ। ਮੈਂ ਕਦੀ ਨਹੀਂ ਸੀ ਦੇਖਿਆ, ਮੈਂ ਬਾਹਰ ਦਫ਼ਤਰ ਦੇ ਬੈਠੇ ਦੇਖਦਾ ਹੁੰਦਾ ਸੀ ਨਾ, ਕੋਈ ਬੱਚਾ ਲੈ ਕੇ ਹੈਂਡੀਕੈਪ ਜਾਂ ਕੋਈ ਬੈਠਾ ਹੈ, ਕਿੰਨੇ ਚਿਰ ਤੋਂ ਬੈਠਾ ਹੈ ਜੀ, ਮੈਂ ਆਪਣੇ ਬਾਬੂਆਂ ਨੂੰ ਪੁੱਛਦਾ ਹੁੰਦਾ ਸੀ ਕਲਾਸਪੁਰਾਂ ਨੂੰ, ਕਿੰਨੇ ਚਿਰ ਤੋਂ ਬੈਠੇ, ਜੇ ਤੁਹਾਨੂੰ ਇੱਦਾਂ ਬਹਿਣਾ ਪਵੇ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਜੀ। ਮੈਂ ਆਪਣੇ ਆਫਿਸਰਸ ਨੂੰ ਵੀ ਕਹਿ ਦਿੰਦਾ ਹੁੰਦਾ ਸੀ ਵੀ ਤੁਹਾਡੀ ਚਾਹ ਨਹੀਂ ਮੁੱਕੀ, ਡੇਢ ਘੰਟਾ ਹੋ ਗਿਆ ਗਰਮੀ 'ਚ ਬਾਹਰ ਬੈਠੇ, ਆਪਾਂ ਤਾਂ AC 'ਚ ਬੈਠੇ ਜੀ। ਇਹ ਚੀਜ਼ਾਂ ਜਿਹੜੀਆਂ ਸੀ ਮੇਰੀ ਲਾਈਫ ਦਾ ਹਿੱਸਾ ਰਹੀਆਂ। ਮੈਂ ਤਾਂ ਕਹਿੰਦਾ ਹੁੰਦਾ ਵੀ ਕਾਸ਼ ਰੱਬਾ ਕਿਤੇ ਫੌਰਨ 'ਚ ਪੈਦਾ ਹੋ ਜਾਂਦੇ, ਲੋਕੀ ਕਦਰ ਤਾਂ ਸ਼ਾਇਦ ਕਰ ਲੈਂਦੇ, ਕਿਉਂਕਿ ਮੈਂ ਜਦੋਂ ਮੈਨੂੰ ਮੰਤਰੀ ਸਾਹਿਬ ਨੇ ਬਦਲ ਕੇ ਭੇਜਿਆ ਨਾ ਫਾਜ਼ਿਲਕਾ ਤੋਂ ਪਰੇ, ਹੋਰ ਤੋਂ ਪਰੇ ਰਾਮਸਰਾ ਜੀ, ਮੇਰਾ ਇੱਕ ਦੋਸਤ NRI ਹੈ ਅਮੈਰੀਕਾ 'ਚ, ਉਹ ਮੈਨੂੰ ਕਹਿੰਦਾ ਡਾਕਟਰ ਲਖਵੀਰ ਜੀ, ਜੇ ਤੁਸੀਂ ਹਾਈ ਡਿਸੀਜਨ ਹਾਈ ਕੰਮ ਸਾਡੇ ਕਿਤੇ ਦੇਸ਼ 'ਚ ਕੀਤਾ ਹੁੰਦਾ ਨਾ, ਤੁਹਾਨੂੰ ਇੱਥੇ ਬਹੁਤ ਲੋਕਾਂ ਨੇ ਚੁੱਕ ਲੈਣਾ ਸੀ। ਅੱਜ ਵੀ ਮੈਨੂੰ ਮਹਿਸੂਸ ਹੁੰਦਾ ਵੀ NRI ਜਿਹੜੇ ਆ ਉਹ ਇੰਨਾ ਪਿਆਰ ਦੇ ਰਹੇ ਆ, ਇੰਨਾ ਮਿਲਦਾ ਆ, ਮੈਨੂੰ ਪੰਜਾਬ 'ਚ ਰਹਿੰਦਿਆਂ ਤੋਂ ਵੀ ਮਿਲਦਾ, ਪਰ NRI 'ਚ ਨੈਗੇਟਿਵ ਫੀਡਬੈਕ ਮੈਨੂੰ ਨਹੀਂ ਮਿਲੀ ਜੀ। ਉਹ ਸ਼ੱਕੀ ਨੈਗੇਟਿਵ ਸ਼ੱਕੀ ਨਹੀਂ ਹੈਗੇ, ਨੈਗੇਟਿਵਲੀ ਡਾਊਟਫੁੱਲ ਨਹੀਂ ਹੈਗੇ, ਐਕਸੈਪਟੈਂਸ ਮਿਲੀ ਹੈ, ਐਕਸੈਪਟੈਂਸ ਬਹੁਤ ਮਿਲੀ ਹੈ, ਔਰ ਉਹ ਪਿਆਰ ਕਰਕੇ ਮੈਨੂੰ ਲੱਗਦਾ ਹੁੰਦਾ ਵੀ, ਮੈਂ ਕਈ ਵਾਰ ਕਹਿ ਦਿੰਦਾ ਹੁੰਦਾ ਵੀ ਸਾਨੂੰ ਵੀ ਸਾਰਿਆਂ ਨੂੰ ਪੰਜਾਬ ਦੀ ਚਿੰਤਾ ਹੈ, ਤੁਹਾਨੂੰ ਮੈਨੂੰ ਸਾਰਿਆਂ ਨੂੰ, ਪਰ ਮੈਨੂੰ ਲੱਗਦਾ ਹੁੰਦਾ ਵੀ ਸ਼ਾਇਦ ਉਹ ਦੂਰ ਚਲੇ ਗਏ ਆ, ਮਿਸ ਕਰਦੇ, ਉਹਨਾਂ ਨੂੰ ਜ਼ਿਆਦਾ ਚਿੰਤਾ ਹੈ ਇਹਦੇ ਬਾਰੇ। ਇੱਕ ਤੁਸੀਂ ਹੁਣੇ ਹੁਣੇ ਕਿਹਾ ਕਿ ਹੋਰ ਨਹੀਂ ਤਾਂ ਕੁਛ ਬੰਦਾ ਲੋਕਾਂ ਦੇ ਦੁੱਖ ਸਾਂਝੇ ਕਰਦਾ, ਜਾਂ ਇੱਕ MP ਆਪਣੇ ਫੰਡ ਦੀ ਚੰਗੀ ਵਰਤੋਂ ਕਰ ਲੈਂਦਾ। MP ਇਲੈਕਸ਼ਨਸ ਆ ਰਹੇ ਨੇ, ਦੇਖ ਸਕਦੇ ਹਾਂ, ਹੋ ਸਕਦਾ MP ਇਲੈਕਸ਼ਨ ਦੇ ਵਿੱਚ ਡਾਕਟਰ ਲਖਵੀਰ ਸਿੰਘ ਹੁਸ਼ਿਆਰਪੁਰ ਤੋਂ ਆਪਣੇ ਜਿਹੜੇ ਕਰਮ ਖੇਤਰੀ ਆ ਤੁਹਾਡੀ ਉੱਥੋਂ ਕਰਨ। ਤੁਸੀਂ ਇੱਕ, ਮੈਂ ਇੱਕ ਸਵਾਲ 'ਚੋਂ ਸਵਾਲ ਕਰਦਾ ਜੀ, ਤੁਹਾਨੂੰ ਕੀ ਲੱਗਦਾ ਵੀ ਮੈਂ ਹੋਣਾ ਚਾਹੀਦਾ? ਉੱਦਾਂ ਆਪਣੀ ਗੱਲ ਕਰੀਏ, ਤੁਹਾਨੂੰ ਜੀ, ਤੁਸੀਂ ਮੇਰਾ ਸਾਰਾ ਲਾਈਫ ਹੁਣ ਵੀ ਗੱਲ ਕਰਦੇ ਹੋ, ਇੰਟਰੈਕਟ ਕੀਤਾ, ਤੁਹਾਨੂੰ ਕੀ ਲੱਗਦਾ ਵੀ ਇਹੋ ਜਿਹੇ ਬੰਦੇ ਨੂੰ ਏਦਾਂ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਨਹੀਂ? ਸਾਰਿਆਂ ਨੂੰ ਹੱਕ ਹੈ ਤੇ ਮੌਕੇ ਮਿਲਣੇ ਚਾਹੀਦੇ ਆ, ਚੰਗੀ ਨਹੀਂ, ਸਾਰਿਆਂ ਨੂੰ ਨਹੀਂ ਜੀ, ਮਿਲਣਾ ਚਾਹੀਦਾ, ਮਿਲਣਾ ਚਾਹੀਦਾ ਸਾਡੇ ਸਾਰਿਆਂ ਦੀ ਗੱਲ ਨਹੀਂ, ਮੈਂ ਨਹੀਂ ਸਾਰਿਆਂ ਨੂੰ ਕਹਿੰਦਾ ਜੀ, ਪਰ ਜਦੋਂ ਮੈਂ ਜ਼ਿੰਦਗੀ ਸੋਸਾਇਟੀ 'ਚ ਕੋਈ ਦੇਖੂੰਗਾ ਨਾ ਵੀ ਯਾਰ ਆਹ ਬੰਦਾ ਬਹੁਤ ਵਧੀਆ, ਇੱਕ ਪੈਰਾਮੀਟਰ ਹੈ ਜਿਹਦੇ 'ਤੇ ਮੇਰਾ ਵੀ ਤੁਹਾਡਾ ਵੀ ਜੀ, ਵੀ ਸਮਾਜ ਸੋਸਾਇਟੀ ਲਈ ਜਿਹੜਾ ਬੰਦਾ ਛਵੀ ਜਿਹੜਾ ਸੇਵਾ ਕਰਨ ਵਾਲਾ ਉਹਦਾ ਆਹ ਪੈਰਾਮੀਟਰ ਹੈ, ਇਮਾਨਦਾਰ ਹੋਵੇ, ਡੈਡੀਕੇਟਡ ਹੋਵੇ, ਜਨੂਨੀ ਹੋਵੇ, ਬਰੇਵ ਹੋਵੇ, ਤਿਆਗ ਕਰ ਸਕਦਾ ਹੋਵੇ, ਜਿੰਨੀਆਂ ਜਿੰਨੀਆਂ ਵੀ ਉਹ 'ਚ ਕੁਆਲਿਟੀਜ਼ ਹੈ, ਕੁਆਲੀਫਾਈਡ ਹੋਵੇ, ਹੋਣਾ ਚਾਹੀਦਾ ਉਹ ਚੀਜ਼ਾਂ, ਜਿਹੜਾ ਇੱਕ ਪੈਮਾਨਾ ਆ, ਜਦੋਂ ਇੱਕ ਦੇਖਦੇ ਹੋ ਉਹ ਪਰਸਨ ਲੱਖਾਂ 'ਚੋਂ ਇੱਕੋ ਬੰਦਾ ਫਿੱਟ, ਫਿਰ ਆਪਾਂ ਸੋਚਦੇ ਯਾਰ ਇਹਨੂੰ ਕੋਈ ਆਹ ਸੇਵਾ ਮਿਲੇ ਜੀ, ਮੈਂ ਉਸ ਨਜ਼ਰੀਏ ਨਾਲ ਕਰਦਾ, ਮੈਂ ਹਰੇਕ ਨੂੰ ਨਹੀਂ ਕਹਿੰਦਾ, ਕਿਉਂਕਿ ਜੇ ਦੇ ਦੂੰਗੇ, ਸੋਚ ਲਉਂਗੇ, ਅਰਦਾਸਾਂ ਕਰ ਲਓ, ਦੁਆਵਾਂ ਕਰ ਲਓ, ਬਿਠਾ ਲਓ ਜੀ, ਫਿਰ ਉਹੀ ਕੁਛ ਜੋ ਪਿੱਛੇ ਆਏ ਆ, ਫਿਰ ਕਹੀ ਜਾਓ ਵੀ ਕੱਖ ਨਹੀਂ ਬਣਿਆ,
ਕੁਛ ਨਹੀਂ ਕੀਤਾ, ਆਪਣਾ ਹੀ ਘਰ ਭਰਿਆ। ਮੈਨੂੰ ਪਤਾ ਤੁਸੀਂ ਅੱਜ ਪਾਰਟੀ ਦਾ ਨਾਮ ਨਹੀਂ ਲੈਣਾ ਚਾਹੁੰਦੇ ਕਿਸੇ ਦਾ ਵੀ, ਮੈਂ ਪਰ ਫਿਰ ਵੀ ਪੁੱਛ ਲੈਣਾ, ਹੁਸ਼ਿਆਰਪੁਰ ਸੀਟ ਰਿਜ਼ਰਵਡ ਵੀ ਆ, ਹੁਸ਼ਿਆਰਪੁਰ ਸੀਟ ਭਾਜਪਾ ਦੀ ਝੋਲੀ ਜ਼ਿਆਦਾ ਪੈਂਦੀ ਆ, ਕੋਈ ਕੋਈ ਹੈ ਕਿਹੜੀ ਪਾਰਟੀ ਨਾਲ ਕਿਸੇ ਨਾਲ ਤਾਲਮੇਲ ਚ ਹੋ? ਤਾਲਮੇਲ ਬਹੁਤ ਹੈ, ਕਿਉਂਕਿ ਜਦੋਂ ਬੰਦੇ ਨੂੰ ਲੱਗਦਾ ਸਾਰਿਆਂ ਨੂੰ ਵੀ ਰਿਟਾਇਰਮੈਂਟ ਹੋ ਰਹੀ ਆ, ਮੀਡੀਆ ਨੇ ਵੀ ਤੁਸੀਂ ਹਾਈਲਾਈਟ ਕਰਤਾ ਜੀ ਵੀ ਇਹਨੇ ਦੂਜੀ ਸਟਰੀਮ ਕਿਸੇ ਚ ਜਾਣਾ, ਪਲੇਟਫਾਰਮ ਹੋਰ ਚੁਣਨਾ, ਮੈਂ ਵੀ ਕਹਿਤਾ। ਤੇ ਫਿਰ ਪੋਲੀਟੀਕਲ ਖੇਤਰ ਵੱਲ ਕਿਆ ਸਰਾਈਆਂ ਜ਼ਿਆਦਾ ਲੱਗਦੀਆਂ, ਮੇਰੇ ਤੇ ਵੀ ਲੱਗਣੀ ਆ, ਸੁਭਾਵਕ ਹੈ। ਔਰ ਮੈਂ ਇੱਦਾਂ ਸਮਝਦਾ ਵੀ ਮੇਰੀ ਜਿਹੜੀ ਪ੍ਰਾਇਰਿਟੀ ਆ ਨਾ ਫਸਟ, ਉਹ ਕਿਉਂ ਆ, ਪਹਿਲੀ ਤਾਂ ਗੱਲ ਆ ਉਹ ਕਿਹੜੀ ਹੈ ਤੇ ਕਿਉਂ ਜੀ, ਤੇ ਨੰਬਰ 1 ਤੇ ਰਾਜਨੀਤਿਕ, ਨੰਬਰ 2 ਕਿਉਂ ਹੈ, ਕਿਉਂਕਿ ਕਰਨ ਮੈਨੂੰ ਇੱਦਾਂ ਲੱਗਦਾ ਵੀ ਜਿਹੜਾ ਪੋਲੀਟੀਕਲ ਫੀਲਡ ਹੈ ਨਾ, ਅਗਰ ਉਹ ਬੰਦੇ ਦਿਲੋਂ ਕੌਣ ਚਰਨਾ ਚਾਹੁਣ ਕੁਛ ਤਾਂ ਬਦਲ ਸਕਦੇ, ਸਭ ਕੁਛ ਸੁਨਹਿਰੀਓ ਬਦਲ ਸਕਦੇ, ਹੋਰ ਕੋਈ ਤਰੀਕਾ ਨਹੀਂ ਹੈਗਾ। ਐਨ ਜੀ ਓ ਕਰੂਗੇ ਕੰਮ, ਹਸਪਤਾਲਾਂ 'ਚ ਮਰੀਜ਼ਾਂ ਦਾ ਆਪਰੇਸ਼ਨ ਕਰਾ ਦੂਗੇ, ਬਹੁਤ ਸੋਹਣੀ ਸੇਵਾ ਕਰ ਸਕਦੇ, ਪਰ ਇੱਕ ਇੱਕ ਲਿਮਿਟਡ ਜਿਹਾ ਖੇਤਰ ਉਹਦਾ। ਮੈਂ ਚਾਹੁੰਦਾ ਕੁਛ ਵੱਡੀ ਨੁਹਾਰ ਹੀ ਬਦਲ ਜਾਵੇ ਜੀ, ਤਸਵੀਰ ਹੀ ਬਦਲ ਜਾਵੇ। ਮੈਂ ਤਾਂ ਚਾਹੁੰਦਾ ਨਾ ਵੀ ਜਿੱਦਾਂ ਕਿਸੇ ਸਟੇਟ 'ਚੋਂ ਜਹਾਜ਼ ਨੀਵਾਂ ਹੋ ਕੇ ਲੰਘਦਾ ਜੀ, ਤਾਂ ਦੇਖਦਾ ਯਾਰ ਕਿੱਥੋਂ ਦੀ ਲੰਘ ਰਿਹਾ, ਇੰਨਾ ਸੁੰਦਰ, ਇੰਨਾ ਸੋਹਣਾ, ਡਿਵੈਲਪਡ ਇੰਨਾ, ਅਤੇ ਜਦੋਂ ਉੱਤਰ ਕੇ ਉਹ ਤੁਰਨ ਫਿਰਨ ਉੱਥੇ ਤਾਂ ਫਿਰ ਵੀ ਉਹਨਾਂ ਨੂੰ ਮਜ਼ਾ ਆਵੇ ਵੀ ਲੋਕ ਕਿੰਨੇ ਵਧੀਆ। ਉਹ ਜਿਹੜੀ ਚੀਜ਼ ਹੈ ਨਾ ਜਿਹੜੀ ਐਡੀ ਵੱਡੀ ਕ੍ਰਾਂਤੀ ਦੀ ਆਸ ਰੱਖਣੀ, ਉਹ ਰਾਜਨੀਤਿਕ ਖੇਤਰ 'ਚ ਰੱਖੀ ਜਾ ਸਕਦੀ ਆ। ਔਰ ਜਿਨ੍ਹਾਂ ਵੀ ਬੰਦਿਆਂ ਨੇ, ਮੇਰਾ ਖਿਆਲ ਹੈ ਜਿਨ੍ਹਾਂ ਬੰਦਿਆਂ ਨੇ ਬਹੁਤ ਵੱਡੀ ਸੋਚ ਰੱਖੀ ਹੈ ਵੀ ਕੁਛ ਰਿਫੋਰਮ ਕਰਨ ਦੀ, ਅੱਛੇ ਸੋਸ਼ਲ ਰਿਫੋਰਮਰ ਹੋਏ, ਤਾਂ ਉਹਨਾਂ ਨੇ ਇਸ ਖੇਤਰ ਨੂੰ ਚੁਣਿਆ। ਬੁਰਾ ਨਹੀਂ ਹੈਗਾ ਖੇਤਰ ਜੀ, ਬੁਰਾ ਬਣਾ ਦਿੱਤਾ ਗਿਆ। ਬਣਾਇਆ ਕੀ ਨੇ, ਚੇਅਰ 'ਤੇ ਬਹਿਣ ਵਾਲੇ ਨੇ, ਉਸੇ ਡੀ ਐੱਚ ਓ ਦੀ ਚੇਅਰ 'ਤੇ ਜਦੋਂ ਮੈਂ ਬਹਿਣਾ ਸੀ, ਅਤੇ ਮੈਨੂੰ ਵੀ ਲੋਕਾਂ ਨੇ ਬੜੀਆਂ ਵਧਾਈਆਂ ਦਿੱਤੀਆਂ, ਗ੍ਰੀਟ ਕੀਤਾ, ਪੱਤਰਕਾਰ ਮੀਡੀਆ ਜੀ। ਮੈਂ ਇੱਕ ਗੱਲ ਇੱਦਾਂ ਹੀ ਮੀਡੀਆ 'ਚ ਕਹੀ ਸੀ ਵੀ ਅੱਜ ਵਧਾਈ ਦਾ ਕੋਈ ਦਿਨ ਨਹੀਂ ਹੈਗਾ, ਤੁਸੀਂ ਦੋ ਮੁਬਾਰਕ ਆ ਝੋਲੀ 'ਚ ਪਾ ਲੈਣੀ ਆ ਜੀ, ਪਰ ਅੱਜ ਡੇ ਨਹੀਂ ਹੈਗਾ ਮੁਬਾਰਕ ਦਾ, ਕਿਉਂਕਿ ਅੱਜ ਤਾਂ ਚੇਅਰ ਰਿਸਪੋਂਸੀਬਿਲਟੀ ਮਿਲੀ ਹੈ, ਦਿੱਤੀ ਗਈ ਹੈ। 6 ਮਹੀਨੇ ਰਹਿੰਦੇ ਹਾਂ, ਸਾਲ, 2 ਸਾਲ, 3 ਸਾਲ ਰਹਿੰਦੇ ਹਾਂ, 3 ਸਾਲ ਦੀਆਂ ਜਿਹੜੀਆਂ ਉਹ ਪੀਰੀਅਡ ਕਾਰਿਆਕਾਲ ਹੋਣਾ, ਉਹ 'ਚ ਕਰਤੂਤਾਂ ਕਿੱਦਾਂ ਦੀਆਂ, ਕੰਮ ਕਿੱਦਾਂ ਦੇ ਕੀਤੇ, ਉਹ ਤੋਂ ਬਾਅਦ ਫਿਰ ਦੇਖੋ ਕਿ ਵਧਾਈ ਵਾਲੀ ਇਹਦੀ ਗੱਲ ਹੈਗੀ ਹੈ ਕਿ ਨਹੀਂ ਹੈਗੀ। ਸੋ ਮੈਂ ਪਾਰਟੀ ਦੇ ਲੈਵਲ 'ਤੇ ਵੀ ਇਹ ਕਹਿੰਦਾ, ਕੋਈ ਪਾਰਟੀ ਨਹੀਂ ਮਾੜੀ, ਪਾਰਟੀ ਦੇ ਵਿੱਚ ਕੋਈ ਖਾਸ ਕਿਸੇ ਨੂੰ ਪੋਰਟਫੋਲੀਓ ਮਿਲ ਜਾਂਦਾ, ਉਹਦੇ ਤੋਂ ਬਹਿਣ ਵਾਲਾ ਲੈਣ ਵਾਲਾ ਬੰਦਾ ਜਿਹੜਾ, ਉਹਦੀ ਨੀਅਤ ਢਿੱਡੋਂ ਕਿੰਨਾ ਕੁ ਸਹੀ ਹੈ, ਨੀਅਤ ਕਿੰਨੀ ਕੁ, ਅਤੇ ਉਹ ਵਾਹਿਗੁਰੂ ਨੂੰ ਕਿੰਨਾ ਕੁ ਨਜ਼ਰ ਰੱਖ ਕੇ ਦੇਖਦਾ ਵੀ ਮੇਰਾ ਹਿਸਾਬ ਨਾ ਜਿਵੇਂ ਇੱਦਾਂ ਚੱਲਿਆ ਇੱਦਾਂ ਚੱਲਿਆ ਜੀ। ਇੱਕ ਇੱਕ ਮੈਂ ਤਸਵੀਰ ਦੇਖੀ ਸੀ ਤੁਹਾਡੇ ਫੈਮਿਲੀ, ਜਦੋਂ ਤੁਸੀਂ ਨੌਕਰੀ ਤੋਂ ਰਿਟਾਇਰਮੈਂਟ ਲੈਂਦੇ ਹੋ ਪ੍ਰੀ ਮੈਚਿਓਰ, ਤਾਂ ਤੁਹਾਡੀ ਫੈਮਿਲੀ, ਤੁਹਾਡੇ ਵਾਈਫ ਅਤੇ ਮੀਡੀਆ ਸਾਹਮਣੇ ਆਏ, ਉਹਨਾਂ ਨੇ ਕਿਹਾ ਕਿ ਸਵਾਲ ਹੋਇਆ ਕਿ ਤੁਸੀਂ ਨਹੀਂ ਕਦੀ ਰੋਕਿਆ, ਜਿਵੇਂ ਤੁਸੀਂ ਕਿਹਾ ਕਿ ਉਦੋਂ ਵੀ ਮੈਂ ਇੰਨੀ ਸੇਵਾ ਕਰਦਾ ਰਿਹਾ ਕੋਵਿਡ ਟਾਈਮਸ ਵੀ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਰੋਕਣਾ ਹੁਣ, ਇਹ ਜੋ ਮਰਜ਼ੀ ਕਰਨ। 2 ਵਾਰੀ ਰੋਕਿਆ, ਮੇਰਾ 3ਜਾ ਨੋਟਿਸ ਜੀ, 3ਜੀ ਵਾਰੀ ਲਈ, 2 ਵਾਰੀ ਮੈਂ ਪਹਿਲਾਂ ਦਿੱਤੀ, ਪਰ ਜਿਵੇਂ ਉਹ ਵਿਦਨ ਦੈਟ ਟਾਈਮ ਅਗਰ ਕੋਈ ਵਿਦਡਰਾ ਕਰ ਲੈਂਦਾ ਤਾਂ ਉਹਨੂੰ ਰਾਈਟ ਹੁੰਦਾ ਮੁਲਾਜ਼ਮ ਨੂੰ ਜੀ, ਮੈਂ ਵਾਪਸ ਲੈ ਲੈਂਦਾ ਸੀ, ਕਿਉਂਕਿ ਫੈਮਿਲੀ ਦੀ ਸਪੋਰਟ ਜ਼ਰੂਰੀ ਚਾਹੀਦੀ ਸੀਗੀ। ਕਦੋਂ ਕਦੋਂ ਦਿੱਤਾ ਸਰ, ਕੋਈ ਈਅਰ? ਉਦੋਂ ਜਦੋਂ ਮੰਤਰੀ ਸਾਹਿਬ ਨੇ ਤੰਗ ਵਾਕ ਕੀਤਾ, ਜਲੀਲ ਕੀਤਾ ਸੀ,
ਸਿਹਤ ਮੰਤਰੀ ਉਦੋਂ ਦੇ ਪਹਿਲੀ ਸਰਕਾਰ ਚ, ਉਦੋਂ ਮਨ ਕਾਂਗਰਸ ਸਰਕਾਰ ਸਟੇਅ ਲੈ ਲਿਆ ਸੀ, ਹਾਈ ਕੋਰਟ ਸਟੇਅ ਲੈ ਲਿਆ ਜੀ। ਸਟੇਅ ਲੈਣ ਤੋਂ ਬਾਅਦ ਮਤਲਬ ਕਿਹਾ ਨੌਕਰੀ ਨੀ ਕਰਨੀ, ਵੀ ਜਲਾਲਤ ਇੰਨੀ ਵੀ ਠੀਕ ਆ, ਤਿਲ ਫੁੱਲ ਪੈਨਸ਼ਨ ਮਿਲ ਜਾਣੀ, ਰੋਟੀ ਲੈਣੀ, ਕੋਈ ਸਮਾਜ ਸੇਵਾ ਕਰਾਂਗੇ ਜਾਂ ਕੋਈ ਜਿੱਦਾਂ ਭਾਵੇਂ ਰਾਜਨੀਤਿਕ ਖੇਤਰ ਚ ਵੀ ਜਾਣਾ ਪੈ ਜਾਏ ਚਲ ਜਾਂਗੇ, ਪਰ ਆਹ ਜਲੀਲ ਨੀ ਹੋਣਾ। ਉਹ ਉਦੋਂ ਮਨ ਟੁੱਟਿਆ ਬਹੁਤ। ਉਹ ਤੋਂ ਬਾਅਦ ਫਿਰ ਉਹ ਵਾਪਸ ਲੈ ਲਿਆ ਕੁਛ, ਫੈਮਿਲੀ ਕਹਿੰਦੀ ਵੀ ਖਰਚੇ ਬੱਚਿਆਂ ਦੇ ਫੀਸਾਂ, ਤੁਹਾਡਾ ਕਿਹੜਾ ਕੋਈ ਹੋਰ ਸੋਰਸ ਹੈ ਜੀ, ਵੀ ਇੱਕਦਮ ਹੀ ਸੈਲਰੀ ਵਨ ਥਰਡ ਰਹਿ ਜਾਊਗੀ ਪੈਨਸ਼ਨ ਨਾਲ, ਮਨਾਇਆ ਬਹੁਤ ਜ਼ੋਰ ਲਾਇਆ। ਦੂਜੀ ਵਾਰੀ ਫਿਰ ਮਨ ਬਣਿਆ ਜਦੋਂ ਆਹ ਇਲੈਕਸ਼ਨ ਹੋਏ ਆ ਗਏ ਸੀ ਨੇੜੇ, ਮੈਨੂੰ ਫਾਜ਼ਿਲਕਾ ਬਾਰਡਰ ਤੇ ਉੱਧਰ ਸੁੱਟਤਾ, ਬਾਰਡਰ ਤੇ ਗੁਰਦਾਸਪੁਰ ਜੀ ਉੱਥੇ ਸੁੱਟਤਾ, ਸਿਵਲ ਸਰਜਨ ਦਾ ਚਾਰਜ ਹੀ ਫਿਰ ਉੱਧਰ ਬਦਲਤਾ, ਫਿਰ ਮਨ ਬਣਿਆ ਪਰ ਨਹੀਂ। ਫਿਰ ਮੈਨੂੰ ਸਾਥੀਆਂ ਨੇ ਕਿਹਾ ਵੀ ਜਦੋਂ ਇੱਥੇ ਆ ਜਾਊਂਗੇ, ਏਦਾਂ ਲੋਕੀ ਕਹਿਣਗੇ ਵੀ ਡਰ ਗਿਆ, ਭੱਜ ਗਿਆ, ਦੱਬ ਕੇ ਛੱਡ ਗਿਆ, ਤੇ ਨਹੀਂ ਤੁਸੀਂ ਇੱਕ ਵਾਰੀ ਡੀ ਐਚ ਓ ਸ਼ਿਪ ਆ ਜਾਓ, ਫਿਰ ਇੱਥੇ ਫਿਰ ਛੱਡਿਓ, ਫਿਰ ਇਹ ਨੀ ਲੋਕ ਕਹਿ ਸਕਣਗੇ ਜੀ। ਪਰ ਲੋਕੀ ਨੀ ਬਖਸ਼ਦੇ, ਇਹ ਐਵੇਂ ਗਲਤ ਗੱਲ, ਲੋਕੀ ਨੇ ਜੋ ਕਹਿਣਾ ਨਾ ਕਹਿਣਾ ਹੀ, ਜਿਹਨੇ ਤੁਹਾਡੇ ਪ੍ਰਤੀ ਪੋਜ਼ਿਟਿਵ ਹੋਣਾ ਉਹਨੇ ਪੋਜ਼ਿਟਿਵ ਹੋਣਾ, ਜਿਹਨੇ ਤੁਹਾਡੇ ਪ੍ਰਤੀ ਨੈਗੇਟਿਵ ਹੋਣਾ ਉਹਨੇ ਨੈਗੇਟਿਵ ਹੀ ਰਹਿਣਾ ਜੀ। ਮੈਂ ਫਿਰ ਆ ਗਿਆ, ਆਉਂਦੇ ਹੀ ਮੈਂ ਨੋਟਿਸ ਦੇ ਦਿੱਤਾ ਬਦਲੀ ਕਰਾ ਕੇ ਆ ਕੇ ਡੀ ਐਚ ਓ ਲੱਗ ਕੇ। ਫਿਰ ਸਮਾਂ ਇਹੋ ਜਿਹਾ ਆਇਆ ਵੀ ਨਹੀਂ, ਫਿਰ ਵਾਪਸ ਲੈ ਲਿਆ ਜੀ। ਪਰ ਉਸ ਤੋਂ ਬਾਅਦ ਹੁਣ ਜਿਹੜਾ ਫੈਸਲਾ ਲਿਆ ਸੀ, ਹੁਣ ਮੈਂ ਮਨ ਬਣਾ ਲਿਆ ਸੀ ਨਹੀਂ, ਕਿਉਂਕਿ ਬਹੁਤ ਕੁਛ ਹਿਡਨ ਆ ਜਿਹੜਾ ਅੰਦਰ, ਜਿਹੜਾ ਲੋਕਾਂ ਨੂੰ ਨਹੀਂ ਪਤਾ, ਮੈਨੂੰ ਪਤਾ ਬਹੁਤ ਕੁਛ, ਇੱਦਾਂ ਦਾ ਦਰਦ ਵੀ ਹੈ ਜਿਹੜਾ ਲੱਗਦਾ ਅੰਦਰ ਰਹੂਗਾ, ਜਿਹੜਾ ਲੱਗਦਾ ਵੀ ਸਰਕਾਰੀ ਕਰਮਚਾਰੀ ਜਦੋਂ ਕੋਈ ਕੰਮ 'ਤੇ ਨਿਕਲਦਾ ਨਾ ਕਿਸੇ ਪ੍ਰੋਜੈਕਟ 'ਤੇ, ਬਹੁਤ ਕਈ ਵਾਰੀ, ਸਾਰੇ ਨਹੀਂ ਹੈਗੇ, ਸਾਰੇ ਖੇਤਰ ਖਤਰੇ ਵਾਲੇ ਨਹੀਂ ਹੁੰਦੇ, ਪਰ ਕੁਛ ਖੇਤਰ ਖਤਰੇ ਵਾਲੇ ਆ, ਜਿੱਦਾਂ ਸਾਡੇ ਵਾਲਾ ਜੀ, ਜਾਂ ਕੋਈ ਮਾਈਨਿੰਗ ਦਾ ਆਫਿਸਰ ਮਾਈਨਿੰਗ 'ਚ ਜਾਂਦਾ, ਉਹ ਖਤਰੇ ਵਾਲਾ ਥੋੜ੍ਹਾ ਕੰਮ ਆ, ਕਿਉਂਕਿ ਵਰਗ ਉਸ ਵਰਗ ਨਾਲ ਵਾਹ ਪੈਂਦਾ। ਦੇਖਿਆ ਗਿਆ ਇੱਕ ਡਰੱਗ ਇੰਸਪੈਕਟਰ ਲੜਕੀ ਦਾ ਵੀ ਕਤਲ ਹੋ ਗਿਆ ਸੀ, ਹੋ ਗਿਆ ਸੀ ਜੀ। ਉੱਥੇ ਤੁਸੀਂ ਕਿਤੇ ਵੀ ਦੇਖ ਲਓ ਪੁਰਾਣੀ ਹਿਸਟਰੀ ਪੜ੍ਹ ਕੇ, ਸ਼ਾਇਦ ਕਦੇ ਕੋਈ ਚੇਂਜ ਆ ਜਾਏ, ਕਦੇ ਕੋਈ ਇੱਦਾਂ ਦੀ ਕੋਈ ਗੱਲ ਦੇਸ਼ 'ਚ ਚੱਲੇ, ਚੱਲੀ ਨਹੀਂ ਹਜੇ। ਉਹ ਆਫਿਸਰ ਮਰ ਜਾਂਦੇ ਆ, ਮਰਡਰ ਹੋ ਜਾਂਦੇ ਉਹਨਾਂ ਦੇ, ਪਰਿਵਾਰ ਡਰਦਾ ਸੀ ਥ੍ਰੈਟ ਆਈ ਹੋਣੀ, ਪਰਿਵਾਰ ਤਾਂ ਟੈਂਸ ਹੁੰਦਾ ਹੀ ਆ ਜੀ। ਸਰਕਾਰ ਤੋਂ ਕੋਈ ਇੱਦਾਂ ਕੋਈ ਸਿਕਿਉਰਿਟੀ ਦੇਣੀ, ਕੋਈ ਬੈਕਅਪ ਦੇਣਾ, ਇੱਦਾਂ ਨਹੀਂ ਕੋਈ ਬਹੁਤਾ ਮਿਲਦਾ ਜੀ। ਉਹ ਚੀਜ਼ ਜਦੋਂ ਕੋਈ ਆਫਿਸਰ ਹਰ ਵੇਲੇ ਡੇਂਜਰਸ ਜ਼ੋਨ 'ਚ ਹੀ ਰਹਿੰਦਾ ਅਤੇ ਉਹਨੂੰ ਨਹੀਂ ਦਿੱਤੀ ਜਾਂਦੀ ਸਿਕਿਉਰਿਟੀ, ਉਹਦੇ ਮਰਨ ਤੋਂ ਬਾਅਦ ਤਾਂ ਭਾਵੇਂ ਉਹਦੇ ਤਨਤਾ ਲੱਗ ਜਾਂਦਾ ਉਹਦੇ ਘਰ, ਉਹਨੂੰ ਕੀ ਕਰਨਾ, ਉਹਦੇ ਬੱਚੇ ਤਾਂ ਫੇਸ ਇਕੱਲੇ ਹੀ ਕਰਦੇ ਨਾ ਫਿਰ ਜੀ, ਉਹ ਉਹਨਾਂ ਨੂੰ ਨਹੀਂ ਕੋਈ, ਦੋ ਤਿੰਨ ਦਿਨ ਦਾ ਮਸਲਾ ਹੁੰਦਾ, ਇੱਕ ਦੋ ਦਿਨ ਬਾਅਦ ਸਾਰੇ ਆਪਣੇ ਤੁਸੀਂ ਸਾਰੇ ਪਰਿਵਾਰ ਮਸਰੂਫ ਹੋ ਜਾਂਦੇ ਆ, ਪਰਿਵਾਰ ਤੇ ਬੀ ਦੀ ਓਨਲੀ ਦਾ ਵੀਅਰ ਨੋਜ਼ ਵੀਅਰ ਦਾ ਸ਼ੂ ਪਿੰਚਸ ਜੀ ਜੀ, ਨਾ ਜਿਹੜੇ ਬਹੁਤ ਗੱਲਾਂ ਕਰਨ ਵਾਲੇ ਹੁੰਦੇ ਆ, ਨਾ ਨੈਗੇਟਿਵ ਨਾ ਪੋਜ਼ਿਟਿਵ, ਕੋਈ ਨਹੀਂ ਹੁੰਦਾ, ਵਿਰਲਾ ਹੁੰਦਾ ਕੋਈ, ਵਿਚਾਰੇ ਮਜਬੂਰ ਹੁੰਦੇ, ਉਹ ਵੀ ਕੀ ਕਰਨ, ਆਪਣੇ ਆਪਣੇ ਕੰਮ, ਆਪਣੇ ਆਪਣੇ ਫੈਮਿਲੀਜ਼ ਹੁੰਦੀਆਂ, ਸਾਰਾ ਕੁਛ ਸੋਚ ਕੇ ਦੇਖਿਆ ਵੀ ਜਾਂ ਤਾਂ ਕੋਈ ਕੰਮ ਕਰਾਂਗੇ ਇੱਦਾਂ ਦਾ ਜਿਹਦੇ 'ਚ ਤੁਹਾਡਾ ਫੂਡ 'ਚ ਵੀ ਇੰਟਰਫੀਰੈਂਸ ਹੋਵੇ ਜੀ, ਇਹ ਬਹੁਤ ਸੈਂਸਿਟਿਵ ਹੁੰਦਾ, ਕੋਈ ਇੱਦਾਂ ਦੀ ਰੱਬ ਜ਼ਿੰਮੇਵਾਰੀ ਦੇਵੇ ਵੀ ਸਾਰੀ ਜਿਹੜੀ ਗੱਲ ਇੱਕ ਜ਼ਿਲ੍ਹੇ 'ਚ ਚੱਲੀ ਨਾ ਫੂਡ ਦੀ, ਇਹ ਬਾਕੀ ਜ਼ਿਲ੍ਹਿਆਂ 'ਚ ਵੀ ਚੱਲੇ, ਇੱਦਾਂ ਦੀ ਕੁਰਸੀ, ਇੱਦਾਂ ਦੀ ਕੋਈ ਜੀ ਪਦਵੀ ਮਿਲੇ, ਫੂਡ ਮਿਨਿਸਟਰ ਬਣਾਂਗੇ,
ਜਿਹੜੇ ਵੀ ਬੰਦੇ ਨਾ ਅੱਜ ਕੋਈ ਥੋੜੇ ਜਿਹੇ ਮੇਰੇ ਤੋਂ ਨਿਰਾਸ਼ ਹੈ ਜਾਂ ਮਾਯੂਸ ਹੋਣਗੇ ਜਾਂ ਨੈਗੇਟਿਵ ਕਮੈਂਟਸ ਵਾਲੇ, ਉਹ ਮੇਰਾ ਖਿਆਲ ਉਦੋਂ ਉਹ ਸਾਰੇ ਬਦਲ ਜਾਣਗੇ ਜੀ, ਉਹਨਾਂ ਨੂੰ ਚੇਂਜ ਕਰ ਦੂੰਗਾ। ਇੱਕ ਮੈਂ ਤੁਹਾਨੂੰ ਇੱਥੇ, ਤੁਸੀਂ ਕਿਹਾ ਵੀ ਜਿਹੜੇ ਨਾਰਾਜ਼ ਹੋਣਗੇ, ਚਲੋ ਇਹ ਤਾਂ ਆਮ ਲੋਕਾਂ ਦੀ ਗੱਲ ਹੋਊਗੀ, ਜਦੋਂ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਫਲਾਣੇ ਸਿਹਤ ਮੰਤਰੀ ਨੇ ਫਲਾਣੀ ਸਰਕਾਰ ਵੇਲੇ ਤੰਗ ਕੀਤਾ, ਤੁਹਾਨੂੰ ਐਂ ਨਹੀਂ ਲੱਗਦਾ ਸਿਆਸਤ 'ਚ ਆਉਣ ਤੋਂ ਪਹਿਲਾਂ ਤੁਸੀਂ ਘੱਟੋ ਘੱਟ ਇੱਕ ਜਾਂ ਕੁਛ ਸਿਆਸੀ ਵਿਰੋਧੀ ਦਾ ਤਿਆਰ ਕਰ ਲਏ, ਉਹ ਤਾਂ ਤੁਹਾਡੇ ਵੈਰ ਪੈਣਗੇ? ਸੁਭਾਵਿਕ ਹੈ, ਸੁਭਾਵਿਕ ਹੈ, ਜਿਸ ਰਸਤੇ 'ਤੇ ਤੁਰਦੇ ਹੋ ਉਹ ਤਾਂ ਵੈਸੇ ਵੀ ਕਰਨ। ਅੱਜ ਤੁਸੀਂ ਇੱਕ ਪੋਲੀਟੀਕਲ ਪਾਰਟੀ ਨਹੀਂ ਜੁਆਇਨ ਕੀਤੀ ਤਦ ਤਾਈਂ ਤਾਂ ਕੋਈ ਵੈਰ ਨਹੀਂ ਹੈਗਾ ਜੀ। ਅੱਜ ਕੋਈ ਪੋਲੀਟੀਕਲ ਪਾਰਟੀ ਜੁਆਇਨ ਕੀਤੀ, ਦੂਜੇ ਦਿਨ ਸਟੇਟਮੈਂਟਾਂ ਭਰੀਆਂ ਹੋਣੀਆਂ ਅਖਬਾਰਾਂ 'ਚ, ਸੋਸ਼ਲ ਮੀਡੀਆ ਭਰਿਆ ਹੋਣਾ ਜੀ, ਤਿਆਰ ਹੋ ਤੁਸੀਂ ਮਾਨਸਿਕ ਬੰਦੇ ਉਸ ਪਾਰਟੀ ਦੇ ਖਿਲਾਫ ਹੈ। ਇਹ ਤਾਂ ਇੱਕ ਤੁਸੀਂ ਕਹਿੰਦੇ ਉਦਣ ਪਤਾ ਨਹੀਂ ਕਿੰਨੇ ਕੁੱਟਣੇ। ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਵਾਜੂਏ ਕਾਤਿਲ ਮੇਂ। ਸਰਫਰੋਸ਼ੀ ਦੀ ਤਮੰਨਾ ਕੁਛ ਨਹੀਂ ਹੁੰਦਾ, ਦੇਖਾਂਗੇ ਪਰ ਕੁਛ ਵੱਡਾ ਕਰਕੇ ਜਾਵਾਂਗੇ ਜੀ ਜੀ। ਅਤੇ ਇੱਕ ਵਾਰ ਤੁਸੀਂ ਬਹੁਤ ਭਾਵੁਕ ਵੀ ਹੋਏ, ਹਰ ਬੰਦਾ ਹੁੰਦਾ ਆਪਣੇ ਮਾਤਾ ਜੀ ਨੂੰ ਲੈ ਕੇ, ਅੱਜ ਤੁਹਾਨੂੰ ਲੱਗਦਾ ਕਿ ਜੇ ਉਹ ਹੁੰਦੇ ਇਸ ਫੈਸਲੇ ਦੇ ਨਾਲ ਖੜਦੇ ਕਿ ਨੌਕਰੀ ਛੱਡ ਦੇਣੀ ਹੈ ਜਾਂ ਸਿਆਸਤ ਕਰਨੀ ਹੈ? ਮਾਂ ਕਮਜ਼ੋਰ ਸੀ ਜੀ, ਦਲੇਰ ਨਹੀਂ ਸੀ, ਉਹਨੇ ਗਰੀਬੀ ਦੇਖੀ ਸੀ, ਉਹ ਸ਼ਾਇਦ ਮੇਰਾ ਐਡਾ ਵੱਡਾ ਫੈਸਲਾ ਐਕਸੈਪਟ ਨਾ ਕਰਦੇ ਜੀ, ਮੈਨੂੰ ਨਹੀਂ ਲੱਗਦਾ। ਉਹ ਮੈਨੂੰ ਕਹਿੰਦੇ ਕਾਕਾ ਨਾ ਆ ਜਾ, ਤੇਰੀ ਲੋੜ ਆ ਸਾਨੂੰ, ਪੁੱਤ ਨਹੀਂ ਗੁਆਉਣਾ, ਕੀ ਲੈਣਾ ਆਪਾਂ ਰਾਜਨੀਤਿਕ ਖੇਤਰਾਂ 'ਚੋਂ ਜਾਂ ਆਹ ਖੇਤਰਾਂ 'ਚੋਂ, ਆਪਾਂ ਲੋਕ ਗਰੀਬ ਲੋਕ ਹਾਂ, ਮਸੀਂ ਉੱਠੇ ਹਾਂ, ਨੌਕਰੀ ਹੱਥ 'ਚ ਨਾ ਛੱਡ। ਮੈਨੂੰ ਲੱਗਦਾ ਵੀ ਉਹ ਇੱਦਾਂ ਕਹਿੰਦੇ, ਹੋ ਸਕਦਾ ਮੈਂ ਮਨਾ ਵੀ ਲੈਂਦਾ, ਪਰ ਜਿਹੜੀ ਚੀਜ਼ ਮਾਂ ਦੇ ਪੱਧਰ ਦੀ ਉਹ ਮੈਂ ਕੀ ਕਹਿ ਸਕਦਾ। ਮਾਂ ਦਾ ਤਾਂ ਦਿਲ ਮਾਂ ਹੀ ਜਾਣਦੀ, ਤੁਹਾਡੀ ਮਾਂ ਤੁਹਾਡੇ ਬਾਰੇ ਜਾਣਦੀ, ਪਰ ਇੰਨਾ ਜ਼ਰੂਰ ਆ ਭਈ ਪਤਾ ਨਹੀਂ, ਰੋਕਦਾ ਵੀ ਹੁੰਦਾ ਆਪਣੇ ਆਪ ਨੂੰ ਭਈ ਨਹੀਂ ਹੋਣਾ ਚਾਹੀਦਾ, ਪਰ ਮਾਂ ਦਾ ਜਦੋਂ ਵੀ ਕਿਤੇ ਆਉਂਦਾ ਨਾ ਅੱਖਾਂ ਭਰ ਆਉਂਦੀਆਂ। ਮਾਂ ਦਾ ਬਹੁਤ ਨਾ ਅਜੀਬ ਰਿਸ਼ਤਾ, ਉਹਨੇ ਦੱਸਿਆ ਨਹੀਂ ਜਾ ਸਕਦਾ ਜੀ। ਉਹਦਾ ਆਪਣੀ ਮਾਂ ਦਾ ਬਹੁਤ ਸਤਿਕਾਰ ਕਰਦਾ, ਬਹੁਤ ਜ਼ਿਆਦਾ। ਅੱਜ ਜਿੱਥੇ ਹੋਣਗੇ ਮੈਨੂੰ ਲੱਗਦਾ ਖੁਸ਼ ਹੋਣਗੇ, ਅਤੇ ਉਦੋਂ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਸੀ ਜਦੋਂ ਮਾਤਾ ਜੀ? ਉੱਦਾਂ ਮੇਰੀ ਮਾਂ ਜਦੋਂ ਕੋਈ ਘਰ ਆਉਂਦਾ ਸੀ ਜਾਂ ਕੋਈ ਆਫਿਸਰ ਜਾਂ ਕਿਤੇ ਕੱਲਾਂ ਕਰਦੇ ਹੁੰਦੇ ਸੀ ਵੀ ਮੁੰਡਾ ਸੇਵਾ ਬਹੁਤ ਕਰਦਾ, ਮੇਰੀ ਹੈਲਪ ਆ ਕੀਤੀ, ਮੇਰੇ ਨਾਲ ਉਹ ਕੀਤਾ, ਬੀਜੀ ਨੂੰ ਕਈ ਆਪਣੇ ਹੀ ਦੱਸਦੇ ਹੁੰਦੇ ਸਾਰੇ, ਮੇਰੀ ਪਰਸਨਲ ਲਾਈਫ ਵੀ ਜਦੋਂ ਦੇਖਦੇ ਹੁੰਦੇ ਸੀ, ਬੀਜੀ ਖੁਸ਼ ਹੁੰਦੇ ਹੁੰਦੇ ਸੀ ਬਹੁਤ, ਉਹਨਾਂ ਨੂੰ ਚੰਗਾ ਲੱਗਦਾ ਸੀ ਕਿਉਂਕਿ ਉਹਨਾਂ ਨੂੰ ਲੜਾਈ ਨਹੀਂ ਚੰਗੀ ਲੱਗਦੀ ਸੀ, ਨੈਗੇਟਿਵ ਨਹੀਂ ਸੀ ਚੰਗਾ ਲੱਗਦਾ, ਉਹ ਇੱਕ ਅੱਛਾ ਇਨਸਾਨ ਹਰ ਇੱਕ ਚੀਜ਼ ਦੇਖਣਾ ਚਾਹੁੰਦੇ ਸੀ ਤੁਹਾਡੇ 'ਚ। ਮੇਰੇ ਦੋਸਤ ਜਾਂ ਮੇਰੇ ਘਰ ਹੁੰਦੇ ਹੁੰਦੇ ਸੀ ਉਹਨਾਂ ਨੂੰ ਵੀ ਬਹੁਤ ਪਿਆਰ ਕਰਦੇ ਸੀ, ਪਰ ਇੱਕ ਮਾਂ ਦਾ ਹੁੰਦਾ ਨਾ ਜਿੱਦਣ ਅਤੇ ਜਾਣ ਕੇ ਕਹਿਣਾ, ਉਲਟ ਉਲਟ ਗੱਲ ਕਹਿਣੀ, ਉਹ ਥੋੜ੍ਹਾ ਇੱਦਾਂ ਦਾ ਆ, ਥੋੜ੍ਹਾ ਧਿਆਨ ਰੱਖਿਓ ਇਹਦਾ, ਮਾਂ ਪਿਆਸੇ ਬਹੁਤ ਹੁੰਦੀ ਜੀ। ਮੈਂ ਇੱਕ ਛੋਟੀ ਜਿਹੀ ਘਟਨਾ ਮਦਰ ਦੀ, ਮਾਵਾਂ ਮਾਵਾਂ ਹੁੰਦੀਆਂ, ਮਾਂ ਦੀ ਸ਼ੇਅਰ ਕਰਦਾ। ਇੱਕ ਵਾਰੀ ਮੈਂ ਲੋਬੀ 'ਚ ਆਪਣੇ ਬ੍ਰਦਰ ਦੇ ਘਰ, ਮੇਰੇ ਮਦਰ ਰਹਿੰਦੇ ਸੀ ਜ਼ਿਆਦਾ, ਅਤੇ ਮੈਂ ਕਿਹਾ ਵੀ ਅੱਜ ਨਾ ਬੀਜੀ ਰਾਤ ਨੂੰ ਉੱਠ ਪੈਂਦੇ ਤਾਂ ਕਈ ਵਾਰ ਮੈਨੂੰ ਲੱਗਦਾ ਡਿੱਗ ਵੀ ਜਾਂਦੇ ਆ ਵੀ ਰਾਤ ਨੂੰ ਨਹੀਂ ਪਤਾ ਲੱਗਦਾ, ਅਤੇ ਮੈਂ ਕਿਹਾ ਅੱਜ ਮੈਂ ਸੌਣਾ ਇਹਨਾਂ ਦੇ ਲਾਗੇ, ਅਤੇ ਮੈਂ ਲੋਬੀ 'ਚ ਹੀ ਸੌਂਦੇ ਸੀ, ਖੁੱਲ੍ਹੇ 'ਚ ਕਮਰੇ 'ਚ ਨਹੀਂ ਪਸੰਦ ਕਰਦੇ। ਮੈਂ ਦੇਖਦਾ ਰਿਹਾ ਵੀ ਉਹ ਉੱਠ ਕੇ ਵਾਸ਼ਰੂਮ ਵੀ ਚਲੇ ਗਏ,
ਆਪੇ ਕੰਧ ਕੁੰਧ ਫੜ ਕੇ, ਪਰ ਮੇਰੇ ਸਾਰੀ ਰਾਤ ਮੇਰੇ ਤੇ ਹੀ ਕੰਬਲ ਦਿੰਦੇ ਰਹੇ, ਫਿਰ ਠੰਡ ਨਾ ਲੱਗ ਜਾਏ। ਮਤਲਬ ਮੈਂ ਸੀਗਾ ਵੀ ਮੈਂ ਮਾਂ ਦਾ ਕੇਅਰ ਕਰੂੰਗਾ, ਉਸ ਦੌਰ 'ਚ ਵੀ ਜਦੋਂ ਬੁੱਢੀ ਸੀ ਕੱਖ ਨਹੀਂ ਸੀ ਹੁੰਦਾ, ਟੁੱਟ ਹੱਥ ਕਮਜ਼ੋਰ ਜੇ ਬਾਹਾਂ ਨਾਲ ਕੰਬਲ ਹੀ ਚੁੱਕ ਚੁੱਕ ਮੇਰੇ ਤੇ ਦਿੰਦੀ ਰਹੀ ਰਾਤ, ਮੈਨੂੰ ਜਾਗ ਆ ਜਾਂਦੀ ਸੀ, ਪਤਾ ਲੈਂਦਾ ਸੀ ਵੀ ਮੇਰੀ ਮਾਂ ਮੈਨੂੰ ਟੱਕਦੀ ਹੈ। ਇਹ ਮਾਂ ਵਰਗਾ ਨਹੀਂ ਹੋ ਸਕਦਾ ਜੀ, ਕੋਈ ਰਿਸ਼ਤਾ ਨਹੀਂ ਹੋ ਸਕਦਾ। ਪਿਓ ਪਿਓ ਦਾ ਬੜਾ ਰੋਲ ਹੈ, ਮੈਂ ਪਿਓ ਨੂੰ ਕੁਛ ਇੱਦਾਂ ਨਹੀਂ ਕਹਿੰਦਾ, ਮੈਂ ਵੀ ਇੱਕ ਬਾਪ ਹਾਂ, ਪਰ ਮੈਨੂੰ ਲੱਗਦਾ ਵੀ ਮਾਂ ਬਹੁਤ ਕੁਛ ਬੱਚੇ ਨੂੰ ਉਹਦਾ ਨਿਰਮਾਣ ਕਰਦੀ ਹੈ, ਉਹਦਾ ਵਿਕਾਸ ਕਰਨ 'ਚ, ਉਹਦੇ ਮਾਂ ਦੇ ਅੰਦਰ ਇੱਕ ਤਮੰਨਾ ਹੁੰਦੀ ਮੇਰਾ ਪੁੱਤ ਇੱਦਾਂ ਦਾ ਬਣਾ, ਅਤੇ ਉਹ ਬਣਾ ਲੈਂਦੀ ਹੈ। ਔਰ ਜਿਹੜੇ ਵੀ ਬੰਦੇ ਮੈਨੂੰ ਲੱਗਦਾ ਅੱਜ ਬੱਚੇ ਵਿਗੜੇ ਆ, ਨਸ਼ਿਆਂ ਵੱਲ ਚਲੇ ਗਏ, ਜਾਂ ਜਿਹੜੇ ਬੱਚੇ ਵੀ ਮੈਨੂੰ ਲੱਗਦਾ ਅੱਜ ਕੋਈ ਵੀ ਲੜਾਈਆਂ ਝਗੜੇ ਵਾਇਲੈਂਸ ਵੱਲ ਚਲੇ ਗਏ, ਮਾਵਾਂ ਦਾ ਕਿਤੇ ਨਾ ਕਿਤੇ ਅਣਗੌਲਿਆ ਹੋਇਆ, ਮਾਵਾਂ ਨੇ ਉਹਨੂੰ ਸਿਰਜਣਾ ਨਹੀਂ ਕੀਤੀ ਜੀ, ਉੱਥੇ ਫਰਕ ਰਹਿ ਜਾਂਦਾ, ਰਹਿ ਗਿਆ ਫਰਕ ਬਿਲਕੁਲ, ਅਤੇ ਜ਼ਾਹਿਰ ਭਾਵੁਕ ਹੋ ਜਾਂਦਾ ਬੰਦਾ ਗੱਲ ਕਰਦੇ ਹੋਏ। ਅਤੇ ਹੁਣ ਸਿਆਸੀ ਪਾਰੀ ਦੀ ਇੱਕ ਆਖਰੀ ਸਵਾਲ ਕਰਕੇ ਤੁਹਾਨੂੰ ਖਤਮ ਕਰਾਂਗੇ, ਕਿਉਂਕਿ ਅਗਲਾ ਤਾਂ ਉਹੀ ਹੈ ਨਾ, ਅਗਲੀ ਚੀਜ਼ ਉਹੀ ਹੈ। ਤਾਂ ਕੋਈ ਇਸ਼ਾਰਾ ਤੁਹਾਨੂੰ ਲੱਗਦਾ ਹੋਵੇ ਵੀ ਜਿਹੜੀ ਪਾਰਟੀ, ਤੁਹਾਨੂੰ ਲੱਗਦਾ ਏਜੰਡੇ ਹੁੰਦੇ ਨੇ ਪਾਰਟੀਆਂ ਦੇ, ਕਿਹਾ ਤੈਅ ਜਾਂਦਾ ਨਾ ਵੀ ਸਾਡੀ ਪਾਰਟੀ ਆਹ ਏਜੰਡੇ 'ਤੇ ਚੱਲਦੀ ਹੈ, ਕੋਈ ਇੱਕ ਏਜੰਡਾ ਹੈ ਬਦਲਾਅ ਵਾਲਾ ਏਜੰਡਾ, ਜਾਂ ਇੰਡੀਆ ਗੱਠਜੋੜ ਵਾਲਾ ਏਜੰਡਾ, ਭਾਜਪਾ ਦਾ ਏਜੰਡਾ, ਕੋਈ ਏਜੰਡਾ ਆਪਣੇ ਮੇਅ 'ਚ ਆਉਂਦਾ? ਕੋਈ ਪ੍ਰਪੋਰਸ਼ਨੇਟਲੀ, ਕੋਈ ਥੋੜ੍ਹਾ ਜ਼ਿਆਦਾ ਹੈ, ਕੋਈ ਥੋੜ੍ਹਾ ਘੱਟ ਹੈ, ਕੋਈ ਘੱਟ, ਜੋ ਆਪਾਂ ਸੋਚ ਕੇ ਚੱਲਦੇ ਉਹਦੇ ਮੁਤਾਬਕ ਤਾਂ ਏਦਾਂ ਨਹੀਂ ਲੱਗਦਾ ਨਾ ਕੋਈ ਸਾਰਾ ਬਣਿਆ ਬਣਿਆ ਤਾਂ ਮਿਲ ਜਹਾਂ ਕਭੀ ਕਿਸੇ ਕੋ ਮੁਕੰਮਲ ਜਹਾਂ ਨਹੀਂ ਮਿਲਤਾ ਜੀ। ਸੋ ਪਰ ਤੁਸੀਂ ਉਹੀ ਤਾਂ ਸਿਸਟਮ ਉਹਦੇ 'ਚ ਹੀ ਜਾਣਾ ਆ, ਉਹਦੇ ਨਾਲ ਮਿਲ ਕੇ ਕਰੂੰਗੇ ਕੰਮ। ਅਤੇ ਮੈਨੂੰ ਇੱਦਾਂ ਲੱਗਦਾ ਵੀ ਮੈਂ ਜਿਹੜਾ ਬੈਸਟ ਪੋਸੀਬਲ ਮੈਨੂੰ ਲੱਗੂਗਾ ਕਿ ਮੇਰੇ 'ਤੇ ਫਿਟੈਸਟ ਹੋਵੇ, ਜਿਹਦੇ 'ਚ ਮੈਂ ਆਪਣਾ ਵੀ ਕੁਛ ਅਚੀਵ ਕਰ ਸਕਾਂ, ਉਹ ਮੈਂ ਚੁਣੂੰਗਾ। ਔਰ ਮੈਨੂੰ ਕਰਨ ਜਲਦੀ ਥੋੜ੍ਹੇ ਦਿਨਾਂ 'ਚ ਹੀ ਮੈਂ ਕਲੀਅਰ, ਆਈ ਵਿਲ ਟਰਾਈ ਟੂ ਮੇਕ ਇਟ ਕਲੀਅਰ ਜੀ। ਕਿਉਂਕਿ ਇੱਕ ਬੈਗੇਜ ਆਉਂਦਾ ਹੈ ਜੀ ਹਰ ਕਿਸੇ ਪਾਰਟੀ 'ਚ ਵੀ ਜਾਂਦੇ ਹਾਂ। ਮੰਨ ਲਓ ਆਪਾਂ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਹਾਂ, ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀ ਤਾਂ ਉਹ ਬਹੁਤ ਰੌਲਾ ਪਿਆ ਵੀ ਅੱਧੇ ਤਾਂ 84 ਦੀ ਉਹਨਾਂ ਨੂੰ ਹੀ ਗਾਲਾਂ ਪਈ ਗਈਆਂ ਵੀ 84 ਕਾਂਗਰਸ। ਇੱਕ ਬੈਗੇਜ ਆਉਂਦਾ ਹਰ ਪਾਰਟੀ ਦੇ ਨਾਲ, ਭਾਜਪਾ 'ਚ ਵੀ ਬੈਗੇਜ ਆਊਗਾ ਇੱਕ ਪੰਜਾਬ ਵਿਰੋਧੀ ਹੋਣ ਦਾ, ਜਾਂ ਪ੍ਰੋ ਹਿੰਦੁੱਤਵ ਹੋਣ ਦਾ। ਜੇ ਤੁਸੀਂ ਇਹ ਗੱਲ ਕਰੋ, ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਿਹਾ ਜੀ ਵੀ ਕਿਸੇ ਪਾਰਟੀ 'ਚ ਜਾਊਂਗੇ ਤਾਂ ਕੋਈ ਅਲੱਗ ਤਰ੍ਹਾਂ ਦੇ ਮੁੱਦੇ ਹੋਣਗੇ ਤੁਹਾਡੇ ਵਿਰੋਧ ਕਰਨ ਲਈ, ਵੀ ਪੁਰਾਣਾ ਪਿਛੋਕੜ ਦੱਸਣਗੇ ਵੀ ਆਹ ਇਸ ਪਾਰਟੀ ਨੇ ਕੀਤਾ। ਹੋਰ 'ਚ ਜਾਊਂਗੇ ਤਾਂ ਉੱਥੇ ਕਿਸਾਨਾਂ ਦਾ ਰੈਫਰੈਂਸ ਦੇ ਕੇ ਕਹਿ ਦੇਣਗੇ ਵੀ ਕਿਸਾਨਾਂ ਨਾਲ ਇਹ ਕੀਤਾ, ਪਰ ਜਾਈ ਵੀ ਤਾਂ ਉਹਨਾਂ 'ਚ ਹੀ ਜਾਂਦੇ ਸਾਰੇ ਜੀ। ਹੋਰ ਕਿਹੜੀ ਅਰਸ਼ੋਂ ਕੋਈ ਲਿਆਉਂਗੇ? ਨਹੀਂ, ਇੱਕ ਬਦਲਾਅ ਵਾਲੇ ਵੀ ਹੈਗੇ ਆ, ਉਹ ਵੀ ਹੈਗੇ ਆ ਨਾ, ਵਧੀਆ ਆ, ਚਲੋ ਜੋ ਵੀ ਆ ਅੱਛੇ ਕਰ ਰਹੇ ਆ। ਮੈਂ ਉਸੇ ਸਰਕਾਰ 'ਚ ਜੋਬ ਵੀ ਕੀਤੀ ਆ। ਕੋਈ ਵੀ ਕਿਸੇ ਵੀ, ਮੈਂ ਪਾਰਟੀ ਦੀ ਗੱਲ ਨਹੀਂ ਕਰਦਾ, ਮੈਂ ਆਪਣੀ ਗੱਲ ਕਰਦਾ, ਮੇਰੀ ਆਪਣੀ ਇੱਕ ਕੈਲਕੂਲੇਸ਼ਨ। ਮੈਂ ਥੋੜ੍ਹਾ ਇਹ ਵੀ ਦੇਖਦਾ ਹੁੰਦਾ ਵੀ ਇਹ ਪਾਰਟੀ ਨੇ ਜਿਹੜੇ ਕੋਈ ਕੈਲੀਬਰ ਜਾਂ ਜਿਨ੍ਹਾਂ 'ਚ ਕੋਈ ਪੈਸ਼ਨ ਆ, ਜਿਨ੍ਹਾਂ 'ਚ ਕੋਈ ਨੈਸ਼ਨਲ ਸਪਿਰਿਟ ਹੈ, ਉਹਨਾਂ ਬੰਦਿਆਂ ਨੂੰ ਖੁੱਲ੍ਹ ਕੇ ਕੰਮ ਕਰਨ ਦਿੱਤਾ ਕਿ ਨਹੀਂ, ਥੋੜ੍ਹਾ ਬਹੁਤ, ਜ਼ਿਆਦਾ ਨਾ ਵੀ ਸਹੀ ਜੀ, ਦਿੱਤਾ ਕਿ ਨਹੀਂ, ਕਿ ਉਹ ਆਪਣੇ ਟੈਲੈਂਟ ਨੂੰ, ਆਪਣੀ ਓਨੈਸਟੀ ਨੂੰ ਇਨ ਦਾ ਇੰਟਰਸਟ ਆਫ ਨੇਸ਼ਨ, ਇਨ ਦਾ ਇੰਟਰਸਟ ਆਫ ਪਬਲਿਕ ਯੂਟੀਲਾਈਜ਼ ਕਰ ਪਾਏ ਕਿ ਨਹੀਂ ਪਾਏ, ਇਹ ਸਵਾਲ ਮੇਰੇ ਅੰਦਰ ਉੱਠਦੇ ਰਹਿੰਦੇ ਆ। ਕਿਉਂਕਿ ਮੇਰਾ ਪਰਪਸ ਜਿਹੜਾ ਨਾ ਸਮਾਜ ਸੇਵਾ ਆ, ਔਰ ਮੈਨੂੰ ਇੱਦਾਂ ਲੱਗਦਾ ਆ ਵੀ ਜਿਹੜਾ ਸਮਾਜ ਦਾ, ਸੋਸਾਇਟੀ ਦਾ ਜਿਹੜਾ ਪਿਆਰ ਆ ਨਾ,
ਉਹ ਮੈਨੂੰ ਮਿਲਦਾ ਰਹੇ, ਸਤਾ ਚ ਹੋਈਏ ਨਾ ਕਾਮਯਾਬ ਹੋਈਏ ਨਾ ਹੋਈਏ ਜੀ, ਉਹ ਮਿਲਦਾ ਰਹੇ, ਉਹਦਾ ਮੈਂ ਕੋਈ ਜ਼ਰੀਆ ਢੂੰਡ ਹੀ ਲੈਣਾ ਲੋਕਾਂ ਦਾ, ਸੇਵਾ ਦਾ ਆਪੇ ਢੂੰਡ ਲੈਣਾ, ਮੈਂ ਲੱਭ ਲੈਣਾ ਜੀ। ਬਿਲਕੁਲ, ਤਾਂ ਡਾਕਟਰ ਸਾਹਿਬ ਨੇ ਬਹੁਤ ਸਾਰੇ ਪਰਸਨਲ, ਬਹੁਤ ਸਾਰੀਆਂ ਬੀਤ ਚੁੱਕੀਆਂ, ਬਹੁਤ ਸਾਰੀਆਂ ਆਉਣ ਵਾਲੀਆਂ ਗੱਲਾਂ ਉੱਤੇ ਚਰਚਾ ਕੀਤੀ ਆ। ਉਮੀਦ ਕਰਦੇ ਹਾਂ ਡਾਕਟਰ ਸਾਹਿਬ ਤੁਹਾਡੀ ਗੱਲ ਲੋਕਾਂ ਤੱਕ ਪਹੁੰਚੀ ਹੋਏਗੀ। ਕਮੈਂਟ ਸੈਕਸ਼ਨ 'ਚ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ। ਡਾਕਟਰ ਸਾਹਿਬ ਨੇ ਸਮਾਂ ਦਿੱਤਾ ਸਾਨੂੰ, ਬਹੁਤ ਬਹੁਤ ਧੰਨਵਾਦ ਸਰ। ਕੋਈ ਸੁਨੇਹਾ ਤੁਸੀਂ ਦਰਸ਼ਕਾਂ ਨੂੰ ਦੇਣਾ ਚਾਹੋ ਤਾਂ ਦੇ ਸਕਦੇ ਹੋ ਜਾਂਦੇ ਜਾਂਦੇ। ਸੁਨੇਹਾ ਮੈਂ ਸਿਰਫ ਦਰਸ਼ਕਾਂ ਨੂੰ ਜਾਂ ਕਿਸੇ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਵੀ ਸਭ ਨੂੰ ਮੈਂ ਕਹਿਣਾ ਚਾਹੁੰਦਾ ਵੀ ਜੇ ਕਿਤੇ ਵੀ ਕੋਈ ਸਮਾਜ 'ਚ ਮੇਰੀ ਗੱਲ ਛੱਡ ਦਿੱਤੀ ਜਾਵੇ, ਕਿਤੇ ਵੀ ਕੋਈ ਤੁਹਾਨੂੰ ਕੋਈ ਫੂਡ ਦੇ ਰਿਗਾਰਡਿੰਗ ਅਵੇਅਰ ਕਰਦਾ, ਕੋਈ ਹੋਰ ਚੀਜ਼ ਲਈ ਕਰਦਾ, ਤਾਂ ਉਹ ਭਵਿੱਖ ਵਿੱਚ ਅਗਰ ਕੋਈ ਤੁਹਾਡੇ ਵਾਸਤੇ ਵੱਡਾ ਕਰਨਾ ਚਾਹੁੰਦਾ ਤਾਂ ਥੋੜ੍ਹਾ ਜਿਹਾ ਤਿਲ ਫੁੱਲ ਉਹਨੂੰ ਬੈਨੀਫਿਟ ਆਫ ਡਾਊਟ ਜ਼ਰੂਰ ਦੇ ਵੀ ਸ਼ਾਇਦ ਪਰਹੈਪਸ ਉਹ ਤੁਹਾਡੇ ਲਈ ਕੁਛ ਕਰ ਪਾਵੇ। ਨਹੀਂ ਕਰੋਗੇ ਤਾਂ ਫਿਰ ਜੋ ਹੈਗਾ ਉਹ ਤਾਂ ਹੈਗਾ ਹੀ ਆ, ਉਹ ਆਪਣੀ ਜਗ੍ਹਾ, ਤੁਸੀਂ ਆਪਣੀ ਜਗ੍ਹਾ, ਤਾਂ ਜੋ ਚੱਲ ਰਿਹਾ ਪੰਜਾਬ ਜਾਂ ਦੇਸ਼ ਓਵਰਆਲ ਉਹ ਤਾਂ ਹੈ ਹੀ ਆ, ਕੋਈ ਵੱਡੀ ਤਬਦੀਲੀਆਂ ਜੀ ਤਾਂ ਆਈਆਂ ਨਹੀਂ ਗੀਆਂ। ਜੇ ਆਉਣ ਦੀ ਆਸ ਲਾਉਂਦੇ ਹਾਂ ਤਾਂ ਕੋਈ ਬੰਦੇ ਹੀ ਬਿਠਾਉਣੇ ਪੈਣੇ ਆ ਤੁਹਾਨੂੰ ਜੀ ਚੰਗੇ, ਅਤੇ ਬੈਨੀਫਿਟ ਆਫ ਡਾਊਟ ਜ਼ਰੂਰ ਦਿਓ ਯਾਰ, ਕਿਸੇ ਨਾ ਕਿਸੇ ਥੋੜ੍ਹੀ ਜਿਹੀ ਸ਼ੱਕ ਤਾਂ ਕਰਕੇ ਦੇਖ ਲਿਓ ਜੀ। ਹਾਂ, ਮੈਂ ਫੂਡ 'ਤੇ ਇੰਨੀ ਸੁਨੇਹਾ ਜ਼ਰੂਰ ਲੋਕਾਂ ਨੂੰ ਦਿੰਦਾ, ਜਿੰਨਾ ਚਿਰ ਮੈਂ ਫੂਡ 'ਤੇ ਕੰਮ ਕਰ ਲਿਆ ਕਰ ਲਿਆ, ਮੈਂ ਹੋਰ ਕਾਸੇ 'ਚ ਕੱਖ ਵੀ ਨਾ ਕਾਮਯਾਬ ਹੋਇਆ ਹੋਵਾਂ, ਇੱਕ ਚੀਜ਼ 'ਚ ਮੈਂ ਕਾਮਯਾਬ ਹੋਇਆ ਪਹਿਲਾਂ ਲੋਕ ਅਵੇਅਰ ਕਰ ਦਿੱਤੇ, ਲੋਕ ਜਾਗ ਗਏ, ਲੋਕ ਐਕਸਪਾਇਰੀਆਂ ਦੇਖਣ ਲੱਗ ਪਏ ਆ, ਅਤੇ ਇਹਨੂੰ ਚੱਲਦਾ ਰੱਖਿਓ। ਇਹ ਅਵੇਅਰਨੈਸ ਜਿਹੜੀ ਜਾਗਰੂਕਤਾ ਮਿਲੀ ਆ ਨਾ ਥੋੜ੍ਹੀ ਬਹੁਤ, ਇਹਨੂੰ ਵਧਾਇਓ ਜ਼ਰੂਰ, ਜੇ ਵਧਾ ਨਾ ਸਕਣ ਦੇ ਉਹ ਦਿੱਤਾ ਨਾ ਤਾਂ ਕਮ ਸੇ ਕਮ ਪਿੱਛੇ ਵੀ ਨਾ ਆਉਣ ਦੇ, ਹੋਰ ਅੱਗੇ ਤੋਂ ਅੱਗੇ ਬੰਦਿਆਂ ਨੂੰ ਜਗਾਇਓ ਜਿੱਥੇ ਲੱਗਦਾ ਫੂਡ ਦੇ ਬੰਦੇ ਗਲਤ ਫੂਡ ਸੇਫਟੀ ਦਾ ਹਾਈਜੀਨ ਦਾ ਨਹੀਂ ਖਿਆਲ ਰੱਖਦੇ, ਟੋਕ ਦਿਆ ਕਰੋ, ਆਪ ਰੋਕਿਆ ਕਰੋ, ਤੁਹਾਨੂੰ ਤੁਹਾਡੇ ਆਉਣ ਵਾਲੀਆਂ ਨਸਲਾਂ ਨੂੰ ਸ਼ੁੱਧ ਫੂਡ ਵਾਲਾ ਪੰਜਾਬ ਮਿਲ ਜਾਵੇ, ਮੈਂ ਇਹੀ ਕਾਮਨਾ ਕਰਾਂ ਜੀ। ਸਤਿ ਸ਼੍ਰੀ ਅਕਾਲ। ਤਾਂ ਜਿੱਦਾਂ ਡਾਕਟਰ ਸਾਹਿਬ ਨੇ ਆਪਣੇ ਅੰਦਾਜ਼ ਦੇ ਵਿੱਚ ਕਿਹਾ ਕਿ ਜਦੋਂ ਕੋਈ ਨਵਾਂ ਉੱਠਦਾ, ਕੁਛ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਜਿੱਥੇ ਬੇਈਮਾਨੀ ਦਾ ਸ਼ੱਕ ਕਰਦੇ ਹੋ ਉੱਥੇ ਥੋੜ੍ਹਾ ਜਿਹਾ ਇਹ ਵੀ ਸ਼ੱਕ ਕਰ ਲਓ ਵੀ ਕੀ ਪਤਾ ਇਮਾਨਦਾਰੀ ਨਿਕਲ ਆਵੇ, ਕੀ ਪਤਾ ਕੁਛ ਬਦਲਾਅ ਹੀ ਲਿਆ ਦੇਵੇ। ਤਾਂ ਕਮੈਂਟ ਸੈਕਸ਼ਨ 'ਚ ਵਿਚਾਰ ਲਿਖੋ ਅਤੇ ਬਰਾਊਜ਼ਲੀ ਟੀ ਵੀ ਦੇਖਦੇ ਰਹੋ। ਧੰਨਵਾਦ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।